ਜੁਗੋ ਜੁਗੋ ਟਾਲ ਸ਼ਬਦ ਸਤਿਗੁਰੂ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਸਵੇਰ ਸਮੇਂ ਦੇ ਨਾ ਪਾਵਨ دیਵਾਨਾ ਨੂੰ ਸੀ ਮੰਨ ਰਹੇ ਹਾਂ ਗੁਰੂ ਹਜ਼ੂਰੀ ਨੂੰ ਮੰਨਦੇ ਹਾਂ ਜਿੱਥੇ ਸਵੇਰ ਸਮੇਂ ਗੁਰਬਾਣੀ ਕੀਰਤਨ ਭਾਸ਼ਾ ਕੀ ਵਾਰ ਦੇ ਰੂਪ ਵਿੱਚ ਹੋਇਆ ਹੈ ਨਾਲ ਹੀ ਅਰਦਾਸ ਦੀ ਸ਼ਮੂਲੀਅਤ ਤੇ ਸ਼ਮੂਲੀਅਤ ਉਪਰੰਤ ਅੱਜ ਦਾ ਪਵਿੱਤਰ ਪਾਵਨ ਗੁਰਬਚਨ ਗੁਰਵਾਖ ਅਸੀਂ ਸਰਵਨ ਕੀਤਾ ਹੈ ਪਾਵਨ ਗੁਰਵਾਖਾਂ ਦਾ ਪਾਠ ਆਪ ਸਰਵਨ ਕਰ ਚੁੱਕੇ ਹੋ ਹੁਣ ਬਣਦੇ ਸਮੇਂ ਵਿੱਚ ਇਹਨਾਂ ਪਾਵਨ ਬਚਨਾਂ ਦੀ ਸੀ ਵਿਆਖਿਆ ਕਰਾਂਗੇ ਸਵਾਉ ਮर्यादित ਢੰਗ ਦੇ ਨਾਲ ਗੁਰਵਾਕਾਂ ਦੀ ਸੀ ਤਕਰੀਰ ਪ੍ਰారంਭ ਕਰੀਏ ਸਭ ਤੋਂ ਪਹਿਲਾਂ ਦਾਸ ਦੁਆਰਾ ਬੁਲਾਈ ਫਤਿਹ ਪ੍ਰਵਾਨ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਪਾਵਨ ਬਚਨ ਦਾ ਸਿਰਨਾਵਾ ੴ ਸਤਿਗੁਰ ਪ੍ਰਸਾਦ ਅਕਾਲ ਪੁਰਖ ਵਹਿਗੁਰੂ ਇੱਕ ਹੈ ਓੰਕਾਰ ਹੈ ਅਬਿਥਿਕ ਰਸ ਲਗਾਤਾਰਤਾ ਨਾਲ ਵਿਆਪ ਰਿਹਾ ਹੈ ਜਿਸ ਦੀ ਪ੍ਰਾਪਤੀ ਸਤਿਗੁਰ ਪ੍ਰਸਾਦ ਸੱਚੇ ਗੁਰੂ ਦੀ ਬਖਸ਼ਿਸ਼ ਨਾਲ ਹੋ ਸਕਦੀ ਹੈ ਇਸ਼ਟ ਦੇ ਮੰਗਲ ਤੋਂ ਪਰੰਤ ਸਿਰਨਾਵਾ ਹੈ RAM ਕਲੀ ਮਹੱਲਾ ਤੀਜਾ ਕਰ ਪਹਿਲਾ ਇਹ ਮੁਕਾਮੀ ਸ਼ਬਦ ਰਾਗ ਰਾਮਕਲੀ ਦੇ ਵਿੱਚ ਸ਼ਿੰਗਾਰਿਤ ਹੈ ਮਹਲਾ 3 ਗੁਰੂ ਅਮਰਦਾਸ ਪਾਤਸ਼ਾਹ ਨਾਨਕ ਜੋਤ ਦਾ ਤੀਸਰਾ ਜਾਮਾ ਇਹਨਾਂ ਪਾਵਨ ਬਚਨਾਂ ਨੂੰ ਉਚਾਰ ਰਿਹਾ ਹੈ ਕਰ ਪਹਿਲਾ ਗਾਇਨ ਕਰਨ ਵਾਸਤੇ ਹਿਦਾਇਤੀ ਸੰਕੇਤ ਨਹੀਂ ਜਦੋਂ ਵੀ ਇਸ ਬਚਨ ਨੂੰ ਸੰਗੀਤ ਬਧਰੂ ਵਿੱਚ ਕਾਇਆ ਜਾਏ ਜਿੱਥੇ ਸੁਰ ਮੁજબ ਰਾਮ ਕਲੀ ਦਾ ਪ੍ਰਯੋਗ ਕਰਨਾ ਹੈ ਉੱਥੇ ਤਾਲ ਮੁજબ ਪਹਿਲੇ ਕਰਨ ਨੂੰ ਯੂਜ਼ ਕਰਨਾ ਹੈ ਉਸ ਨੂੰ ਪ੍ਰਯੋਗ ਵਿੱਚ ਲਿਆਉਣਾ ਹੈ ਰਹਾਉ ਦੇ ਬੰਦ ਤੋਂ ਵਿਚਾਰਦਾ ਆਗਾਸ ਕਰਦੇ ਹਾਂ ਗੁਰਦੇਵ ਜ਼ਿਕਰੇ ਕਰਦੇ ਨੇ ਕਿ ਜੁਗ ਚਾਰੇ ਨਾਮ ਵਡਾਈ ਨਾਮ ਵਡਿਆਈ ਹੋਈ ਜੇ ਨਾਮ ਲੱਗੈ ਸੋ ਮੁਕਤ ਹੋਵੇ ਗੁਰਬਿੰਨ ਨਾਮ ਨਾ ਪਾਵੇ ਕੋਈ ਰਹਾਉ ਆਪਨੇ ਸ਼ਬਦ ਨੂੰ ਸਰਵਨ ਕਰਦਿਆਂ ਹੋਇਆਂ ਧਿਆਨ ਦਿੱਤਾ ਹੋਏ ਇਹਦੇ ਚ ਸਤਜੁਗ ਦਾ ਤ੍ਰੇਤੇ ਦਾ ਕਲਜੁਗ ਦਾ ਦਵਾਪਰ ਦਾ ਇਹਦਾ ਜ਼ਿਕਰ ਆ ਰਿਹਾ ਸੀ ਜੋ ਯੁਗ ਵੰਡਿਆ ਸਮੇਂ ਦੀ ਚਾਲ ਨੂੰ ਇੱਕ ਤਰ੍ਹਾਂ ਦੇ ਨਾਲ ਵੰਡ ਕੇ ਇਸਨ ਵਿਚਾਰਤਾ ਰਾਈਸਟਨ ਸਕੂਲ ਆਫ ਥੋਟ ਵਿੱਚ ਰਹਿਣ ਵਾਲੇ ਲੋਕਾਂ ਨੇ ਪਰਿਭਾਸ਼ਿਤ ਕੀਤਾ ਹੈ ਬਾਬਾ ਜੀ ਨੇ ਉਹਦੀਆਂ ਮਸਾਲਾਂ ਗਾਹੇ ਬਗਾਹੇ ਬਾਣੀ ਵਿੱਚ ਦਿੱਤੀਆਂ ਨੇ ਪਰ ਉਹਦੀ ਸਾਰੇ ਦੀ ਵਿਆਖਿਆ ਗੁਰਬਾਣੀ ਜਾਵੀਏ ਦੀ ਹੈ ਮਤਲਬ ਜਿਹੜਾ ਗੁਰਮਤ ਸੈਂਟ੍ਰਿਕ ਅਪਰੋਚ ਆ ਉਹਦੇ ਅਕੋਰਡਿੰਗਲੀ ਮਹਾਰਾਜ ਨੇ ਇਸ ਨੂੰ ਸਮਝਾਇਆ ਹੈ ਯੈਸ ਨੂੰ ਹੋਰ ਕਹਿ ਲਈ ਕਿ ਰੀਅਲਿਸਟਿਕ ਵੇ ਦੇ ਨਾਲ ਜੋ ਚੀਜ਼ ਸਹੀ ਰੂਪ ਦੇ ਵਿੱਚ ਇੱਕ ਸਮਝ ਵੀ ਆਉਂਦੀ ਹੈ ਯੂਨੀਵਰਸਲ ਭਾਵ ਦੇ ਵਿੱਚ ਉਸ ਢੰਗ ਨਾਲ ਮਹਾਰਾਜ ਨੇ ਸਮਝਾਈ ਹੈ ਹਰ ਰਹਾਉ ਤੇ ਬੰਦ ਤੁਸੀਂ ਵਿਚਾਰ ਦਾ ਆਗਾਜ਼ ਕਰ ਰਹੇ ਹਾਂ ਮਹਾਰਾਜ ਕਹਿ ਰਹੇ ਸੀ ਜੁਗ ਚਾਰੇ ਨਾਮ ਵਡਿਆਈ ਹੋਈ ਜੁਗ ਚਾਰੇ ਆਵੇਂ ਚਾਰੇ ਯੁਗਾਂ ਨੂੰ ਮੰਨ ਲਿਆ ਜਾਏ ਉਹਨਾਂ ਚਾਰੇ ਯੁਗਾਂ ਦੇ ਨਾਮ ਸਤਜੁਗ ਤ੍ਰੇਤਾ ਦਵਾਪਰ ਕਲਯੁਗ ਹੋ ਜਾਣ ਉਹਨਾਂ ਦਾ ਟਾਈਮ ਪੀਰੀਅਡ ਆਪਣੇ ਮੁਤਾਬਕ ਵੈਸੇ ਤੇ ਜੇ ਆਪਾਂ ਸ਼ਾਸਤਰਾਂ ਦੇ ذریعے ਜਾਂ ਹੋਰ ਜੋ ਐਂਸ਼ੀਅੰਟ ਰਾਈਟਿੰਗਸ ਮੰਨੀਆਂ ਜਾਂਦੀਆਂ ਹਨ ਉਹਨਾਂ ਸਾਰਿਆਂ ਨੂੰ ਕੁਰੇਦ ਕੇ ਦੇਖਦੇ ਆਂ ਤੇ ਉਹਦੇ ਵਿੱਚ ਕਿਸੇ ਵੀ ਚੀਜ਼ ਬਾਰੇ ਕੋਈ ਇੱਕ ਪਰਿਭਾਸ਼ਾ ਨਹੀਂ ਹੈਗੀ ਜਿਵੇਂ ਯੁੱਗਾਂ ਨੂੰ ਡਿਫਾਈਨ ਕਰਦੇ ਹਾਂ ਹੋਇਆਂ ਕਿਸੇ ਨੇ ਕੁਝ ਲੱਖਾਂ ਸਾਲ ਦਾ ਟਾਈਮ ਦਿੱਤਾ ਹੈ ਕਿਸੇ ਨੇ ਹਜ਼ਾਰਾਂ ਸਾਲ ਦਾ ਕਿਸੇ ਨੇ ਕੁਝ 100 ਸਾਲ ਦਾ ਮਤਲਬ ਵੈਰੀ ਕਰਦੇ ਹਰ ਰੂਪ ਦੇ ਵਿੱਚ ਕਿਹੜੇ ਸੋਰਸ ਨੂੰ ਤੁਸੀਂ ਚੈੱਕ ਕਰ ਰਹੇ ਹੋ ਪਰ ਹੈ ਹੈ ਕਿ ਇੱਕ ਮੋਢੇ ਦੇ ਪੱਦਰ ਤੇ ਕੁਝ ਲੋਕਾਂ ਨੇ ਕਿਹਾ ਕਿ 2.5 ਹਜ਼ਾਰ ਸਾਲ ਦਾ ਸਮਾਂ ਇੱਕ ਯੁੱਗ ਦਾ ਮੰਨ ਲਿਆ ਜਾਏ ਪਰ ਯੁੱਗ ਐਕਚੁਅਲੀ ਲੈਵਲ ਤੇ ਇੱਕ ਐਰਾ ਨੋ ਵੀ ਕਾਹ ਜਾਂਦਾ ਹੈ ਜਿਵੇਂ ਇੱਕ ਇੰਡਸਟਰੀਲਾਈਜੇਸ਼ਨ ਦਾ ਦੌਰ ਆਇਆ ਇਸ ਨੂੰ ਵੀ ਕਹਿ ਲੋ ਕਿ ਯੁੱਗ ਪਲਟ ਗਿਆ ਇੱਕ ਇਨਫੋਰਮੇਸ਼ਨ ਟੈਕਨੋਲੋਜੀ ਦਾ ਆਈਟੀ ਯੁੱਗ ਆਇਆ ਜਦੋਂ ਮਤਲਬ ਕੰਪਿਊਟਰ ਨੇ ਟੇਕਓਵਰ ਕਰਨਾ ਸ਼ੁਰੂ ਕੀਤਾ ਇੱਕਦਮ ਟੈਕਨੋਲੋਜੀਕ ਵੱਖਰੇ ਲੈਵਲ ਤੇ ਆ ਗਈ ਇੱਕ ਉਹ ਵੀ ਦੌਰ ਆਇਆ ਜਦੋਂ ਸੈਟਲਾਈਟ ਰਾਹੀਂ टीवी चैनल्स चलले ते और सब चीजਾਂ ਸੋ ਇੱਕ 에ਰਾਜ਼ ਦੀ ਗੱਲ ਹੁੰਦੀ ਹੈ ਜਿਵੇਂ वर्ल्ड वेब ਦਾ ਦੌਰ ਆਇਆ ਜਦੋਂ ਸੀ ਇੰਟਰਨੈਟ ਦੇ ਦੌਰ ਦੀ ਗੱਲ ਕਰਦੇ ਹੈਗੇ ਕਹਿੰਦੇ ਨੇ ਉਹ ਵੀ ਇੱਕ 에ਰਾ ਹੈਗਾ ਆ ਮੋਬਾਈਲ ਦਾ ਦੌਰ ਆ ਇੱਕ 에ਰਾ ਆਇਆ ਇੱਕ ਉਸ ਰੂਪ ਵਿੱਚ ਬਾਤ ਆ ਗਏ ਸੋ ਇਹ ਸਾਰੀਆਂ ਚੀਜ਼ਾਂ ਨੂੰ ਇੱਕ ਯੁੱਗ ਦੇ ਪਲਟੇ ਦੇ ਰੂਪ ਵਿੱਚ ਦੇਖਿਆ ਜਾਏ ਪਰ ਹਾਂ ਕੋਈ ਇਸ ਨੂੰ ਐਂਸ਼ੀਅਨ ਟਾਈਮ ਤੋਂ ਲੈ ਕੇ 2.5 ਹਜ਼ਾਰ ਸਾਲ ਦੀ ਗੱਲ ਵਿੱਚ ਲੈ ਕੇ ਆਵੇ ਕੋਈ ਇਸ ਨੂੰ ਕੁਝ ਲੱਖਾਂ ਸਾਲ ਦੀ ਉਹਦੇ ਚ ਲੈ ਕੇ ਆਵੇ ਪਰ ਬਾਬਾ ਜੀ ਨੇ ਗੱਲ ਬਿਲਕੁਲ ਯੂਨੀਵਰਸਲ ਕੀਤੀ ਜੁਗ ਚਾਰੇ ਨਾਮ ਵਡਿਆਈ ਹੋਈ ਭਈ ਚਾਰੇ ਯੋਗੀ ਮੰਨ ਲੈ ਜਾਣ ਦਵਾਪਰ ਵੀ ਮੰਨ ਲਈਏ ਤ੍ਰਿਤਾ ਵੀ ਮੰਨ ਲਈਏ ਕਲ ਯੁਗ ਸਤਜੁਗ ਸਾਰੇ ਮੰਨ ਲਈਏ ਪਰ ਵਡਿਆਈ ਨਾਮ ਦੀ ਹੈ ਮਤਲਬ ਜੇ ਬੰਦੇ ਨੇ ਆਪਣੇ ਆਪ ਨੂੰ ਆਪਣੇ ਆਤਮ ਉਥਾਨ ਤੇ ਕੰਮ ਕਰਨਾ ਹੈ ਤੁਸ ਨੂੰ ਨਾਮ ਹੀ ਮਦਦਗਾਰ ਹੋਏਗਾ ਯਾ ਅਸੀਂ ਹੋਰ ਕਈ ਬਰੀ ਬਾਣੀ ਦੇ ਬਖਰੇ ਬਖਰੇ ਪ੍ਰਮਾਣ ਪੜਦੇ ਆ ਮਹਾਰਾਜ ਇਹ ਬਿਆਨ ਕਰਦੇ ਕਿ ਲੋਕੀ ਕਹਿੰਦੇ ਨੇ ਕਿ ਕਲਯੁਗ ਮਾੜਾ ਆ ਸਤਯੁਗ ਬੜਾ ਭਲਾ ਸੀਗਾ ਜਾਂ ਫਲਾਣਾ ਯੁਗ ਬੜਾ ਚੰਗਾ ਸੀਗਾ ਬਾਬਾ ਜੀ ਨੇ ਬਿਆਨ ਕੀਤਾ ਕਿ ਕਲਯੁਗ ਨਾਮ ਪ੍ਰધાન ਪਦਾਰਥ ਭਗਤ ਜਨਾ ਉਧਰੇ ਕਲਯੁਗ ਜਿਹੜਾ ਆ ਲੋਕੀ ਕਹਿੰਦੇ ਮਾੜਾ ਮਾੜਾ ਕਿਦਾਂ ਭਾਈ ਨਾਮ ਦੀ ਪ੍ਰਧਾਨਤਾ ਆ ਤੇ ਜਿੱਥੇ ਨਾਮ ਦੀ ਪ੍ਰਧਾਨਤਾ ਹੋਏਗੀ ਉਸ ਸਮਾਂ ਉਹ ਦੌਰ ਉਹ ਯੁੱਗ ਕੋਈ ਵੀ ਹੋਏ ਉਧ ਚ ਭਲਾ ਹੀ ਭਲਾ ਆ ਕਿਆ ਕਲਯੁਗ ਨਾਮ ਪ੍ਰধান ਪਦਾਰਥ ਭਗਤ ਜਨਾ ਉਧਰੇ ਨਾਮਾ ਜੈਦੇਉ ਕਬੀਰ ਤਿਲੋਚਨ ਸਭ ਦੁਖ ਗਏ ਚਮਰੇ ਮਤਲਬੇ ਕਿ ਕਦੀ ਅਜਸੀ ਕਲਾਸਸ ਦੀ ਗੱਲ ਕਰਦੇ ਆ ਇੱਕ ਐਲੀਟ ਆ ਇੱਕ ਅਪਰ ਜਿਹੜੀ ਹੈਗੀ ਏ ਕਹਲੋ ਇੱਕ ਉਹ ਹੈਗੀ ਏ ਕਲਾਸ ਜਿਸ ਨੂੰ ਕਹਿੰਦੇ ਮੀਡਲ ਕਲਾਸ ਹੈ ਫਿਰ ਲੋਅਰ ਮੀਡਲ ਕਲਾਸ ਫਿਰ ਇਸ ਕਿਸਮ ਦੇ ਨਾਲ ਲੋਕ ਇਸ ਕਿਸਮ ਦੇ ਨਾਲ ਆ ਬੱਤਾਂ ਪਾਉਂਦੇ ਥੋੜਾ ਟਰੈਡੀਸ਼ਨਲ ਵੇ ਨਾਲ ਦੇਖ ਲਈਏ ਤੇ ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਾਸਟਿਜ਼ਮ ਰਿਆ ਸਾਡੇ ਉਸ ਖਿੱਤੇ ਦੇ ਵਿੱਚ ਵੱਡੇ ਪੱਧਰ ਤੇ ਤੇ ਉਸ ਸਾਰੇ ਦੇ ਅੰਦਰ ਹੋਇਆ ਇਹ ਕਿ ਕਾਸਟਿਜ਼ਮ ਨੂੰ ਜਾਤਵਾਦ ਨੂੰ ਇਸ ਰੂਪ ਦੇ ਵਿੱਚ ਲੋਕਾਂ ਦੇ ਵਿੱਚ ਮਤਲਬ ਉਹਨੂੰ ਸਥਾਪਿਤ ਕੀਤਾ ਕਿ ਉਹਦੇ ਨਾਲ ਉਹਨਾਂ ਦੇ ਕਿਤੇ ਕੰਮਕਾਰ ਉਹ ਵੀ ਸਭ ਜੋੜ ਦਿੱਤੇ ਗਏ ਜਿਹੜਾ تعلیم ਦਾ ਵਿਦਿਆ ਦਾ ਇਹ ਸਾਰਾ ਚੀਜ਼ ਸੀਗਾ ਇਹ ਅਪਰ ਕਲਾਸ ਨੂੰ ਦੇ ਦਿੱਤਾ ਉਸ ਤੋਂ ਬਾਅਦ ਜਿਹੜਾ ਆ ਬਾਕੀ ਕਾਸਟ ਬੱਚੀਆਂ ਉਹਨਾਂ ਨੂੰ ਸਕੈਂਡਰੀ ਕਰਕੇ ਉਸ ਰੂਪ ਵਿੱਚ ਦੇ ਦਿੱਤਾ ਜਿਹੜੀ ਸਭ ਤੋਂ ਲੋਅਰ ਲੈਵਲ ਤੇ ਸ਼ੁੱਧਰ ਦੀ ਜਾਂ ਜਿਸ ਨੂੰ ਅਨਟਚੇਬਲ ਕਿਹਾ ਜਾਂਦਾ ਸੀ ਅਛੂਤ ਉਸ ਨੂੰ ਕੋਈ ਮਤਲਬ ਕਿਸੇ ਕਿਸਮ ਦੀ ਵੀ ਪੜ੍ਹਾਈ ਲਿਖਾਈ ਅੱਖਰ ਗਿਆਨ ਤੇ ਖਾਸ ਕਰਕੇ ਧਾਰਮਿਕ ਕਿਰਿਆ ਕਲਾਪ ਤੋਂ ਤੇ ਬਿਲਕੁਲ ਹੀ ਵਿਰਵਾ ਕਰ ਦਿੱਤਾ ਗਿਆ ਜਦੋਂ ਸੀ ਮਹਾਰਾਜ ਜੀ ਦੇ 52 ਬਚਨ ਪੜ੍ਹਦੇ ਆ ਤੇ ਬਾਬਾ ਜੀ ਬਿਆਨ ਕਰਦੇ ਵੀ ਉਹ ਦੌਰ ਚੰਗਾ ਸੀਗਾ ਕਿ ਜਦੋਂ ਕੋਈ અવਤਾਰ ਮਤਲਬ ਇਹੋ ਜਿਹਾਂ ਐਪਿਕਸ ਦੇ ਵਿੱਚ ਪੂਰੇ ਦੀਆਂ ਪੂਰੀਆਂ ਸਟੋਰੀਜ਼ ਮਿਲ ਜਾਂਦੀਆਂ ਨੇ ਮ ਇਤਿਹਾਸ ਦੇ ਵਿੱਚ ਇੱਕ ਇੱਕ અવਤਾਰੀ ਪੁਰਖ ਕਿਸੇ ਨੂੰ ਕਤਲ ਕਰ ਦਿੰਦਾ ਕਿਉਂਕਿ ਉਹ ਲੋਅਰ ਕਾਸਟ ਦਾ ਹੋ ਕੇ ਭਗਤੀ ਕਰਦਾ ਹੈ ਮਹਾਰਾਜ ਕਹਿੰਦੇ ਇਹਦੇ ਨਾਲ ਤੇ ਆਹ ਦੌਰ ਚੰਗਾ ਆ ਐਟ ਲੀਸਟ ਲੋਕਾਂ ਦੇ ਵਿੱਚ ਇਸ ਪੱਖੋਂ ਤੇ ਅਵੇਅਰਨੈਸ ਆ ਗਈ ਹੈ ਕਿ ਨਾਮਾ ਜੈਦੇਓ ਕਬੀਰ ਤਿਲੋਚਨ ਭਗਤ ਨਾਮਦੇਵ ਜੀ ਉਹਨਾਂ ਨੇ ਆਹ ਬਚਨ ਕਿਹਾ ਕਿ ਜੇ ਅਸੀਂ ਬ੍ਰਾਹਮਣੀ ਨਮਾਜ਼ ਬ੍ਰਾਹਮਣੀ ਨਿਜ਼ਾਮ ਦੇ ਵਿੱਚ ਦੇਖਦੇ ਹਾਂ ਤੇ ਉਹ ਕਹਿੰਦਾ ਪੰਡਿਆ ਮੋਕੋ ਡੇਡ ਕਹਿੰਦਾ ਮੈਨੂੰ ਮੂਰਖ ਕਹਿੰਦਾ ਹੈ ਕਿ ਕਹਿੰਦਾ ਵੀ ਤੈਨੂੰ ਅਕਲ ਨਹੀਂ ਹੈ ਪਰ ਇਥੇ ਨਾਮਦੇਵ ਨੂੰ ਵਡਿਆਈ ਹੈ ਗੁਰੂ ਅਰਜਨ ਸਾਹਿਬ ਨੇ ਖੁਦ ਲਿਖਿਆ ਕਿ ਗੋਬਿੰਦ 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 ਸਿਓ ਨਾਮ ਦੇਓ ਮਨ ਲੀਨਾ ਆਟ ਧਾਮ ਕੋ ਛੀਪਰੋ ਜਿਨ ਲੁਕਾਈ ਕਹਿੰਦੀ ਅੱਧੀ ਕੌਡੀ ਦਾ ਛੀਂਬਾ ਆ ਹੋਇਓ ਲੱਖੀਨਾ ਉਹ ਤੇ ਲੱਖਾਂ ਦਾ ਹੋ ਗਿਆ ਸਾਡੇ ਲਈ ਬੇਸ਼ਕੀਮਤੀ ਨਗੀਨਾ ਆ ਬੜੀ ਵੱਡੀ ਧਾਰਮਿਕ ਹਸਤੀ ਹੈ ਸੋ ਇੱਕ ਉਹ ਦੌਰ ਜਿਹਦੇ ਵਿੱਚ ਕੋਈ ਕਾਸਟਿਜ਼ਮ ਕੋਈ ਕਲਾਸਿਜ਼ਮ ਬੰਦੇ ਦੇ ਗੁਣਾ ਨੂੰ ਫਲਰਿਸ਼ ਹੋਣ ਤੋਂ ਉਸ ਨੂੰ ਅੱਗੇ ਵਧਣ ਤੋਂ ਉਸ ਗੁਣਾਤਮਕ ਪੱਖ ਦੇ ਜੀਵਨ ਜੀਣ ਤੋਂ ਉਹਨੂੰ ਰੋਕ ਨਾ ਸਕੇ ਬਲਕੇ ਪਲੀਜ਼ ਇਹਨਾਂ ਦਾ ਫੋਨ ਬੰਦ ਕਰਾਓ ਤੇ ਇਹਨਾਂ ਨੂੰ ਕਹੋ ਕਿਥੋਂ ਜਾ ਜਾਣ ਗੁਰਦੁਆਰਾ ਸਾਹਿਬ ਦੇ ਅੰਦਰ ਬੈਠਣਾ ਤੇ ਪਲੀਜ਼ ਗੁਰੂ ਕੀ ਹਜ਼ੂਰੀ ਵਾਸਤੇ ਬੈਠੋ ਟੀਵੀ ਤੇ ਲਾਈਵ ਟੈਲੀਕਾਸਟ ਹੋ ਰਿਹਾ ਤੁਹਾਨੂੰ ਪਤਾ ਇਸ ਗੱਲ ਬਾਰੇ ਮਾਫੀ ਚਾਹਾਂਗਾ ਸੋ ਬਚਨ ਸੀਗਾ ਕਿ ਗੋਬਿੰਦ 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 ਸੋ ਨਾਮ ਦਿਓ ਮਨ ਲੈਣਾ ਹਾਟ ਦਾਮ ਕੋ ਛੀਪਰੋ ਹੋਇਓ ਲੱਖ ਹੀ ਨਾ ਜਿਸ ਨੂੰ ਕਿਹਾ ਗਿਆ ਅੱਧੀ ਕੌਡੀ ਦਾ ਛਿੰਬਾ ਆ ਮਹਾਰਾਜ ਬਿਆਨ ਕਰਦੇ ਕਿ ਉਹ ਬੇਸ਼ਕੀਮਤੀ ਨਗੀਨਾ ਹੋ ਗਿਆ ਕਿਉਂ ਕਿਉਂਕਿ ਨਾਮ ਦੀ ਵਡਿਆਈ ਹੈ ਤੇ ਨਾਮ ਦੀ ਵਡਿਆਈ ਦਾ ਮਤਲਬ ਹੀ ਇਹ ਬਣਦਾ ਆ ਕਿ ਸਭ ਨੂੰ ਇੱਕ ਰੂਪਤਾ ਦੇ ਨਾਲ ਅਕਰਤਾਰ ਕਾਲਪੁਰਖ ਵਹਿਗੁਰੂ ਨਵਾਜ ਰਿਹਾ ਹੈ ਤੇ ਬੰਦਾ ਬੰਦੇ ਨੂੰ ਇਸ ਕਰਕੇ ਰੋਕੇ ਕਿਉਂ ਕਿ ਤੇਰਾ ਜਨਮ ਫਲਾਂ ਘਰ ਹੋਇਆ ਹੈ ਫਲਾਂ ਇਲਾਕੇ ਚ ਹੋਇਆ ਫਲਾਂ ਨਾ ਇਹ ਕੋਈ ਇਹ ਕੋਈ ਬਾਤ ਥੋੜਾ ਆ ਨਾਮ ਇੱਕ ਐਸੀ ਸਿੱਖਿਆ ਦੇ ਰੂਪ ਵਿੱਚ ਆਉਂਦਾ ਜਿਹੜਾ ਸਭ ਦੇ ਵਿੱਚ ਸਮਾਨਤਾ ਦੀ ਗੱਲ ਕਰਦਾ ਨਾਮ ਇੱਕ ਐਸੀ ਸਿੱਖਿਆ ਦੇ ਰੂਪ ਵਿੱਚ ਆਉਂਦਾ ਜਿਹੜਾ ਸਭ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਵਰਸਾਏ ਹੋਏ ਜੀਵ ਦੇ ਰੂਪ ਵਿੱਚ ਬੰਦੇ ਨੂੰ ਸਮਝਾਉਂਦਾ ਸੋ ਐਸੀ ਜਿਹੜੀ ਨਾਮ ਦੀ ਵਡਿਆਈ ਹੈ ਇਹ ਤੇ ਵਾਕਿਆ ਵਿੱਚ ਬੜੀ ਆਲ ਆਇਆ ਤੇ ਜੇ ਇਸ ਤਰੀਕੇ ਦੀ ਸਿੱਖਿਆ ਸੋਚ ਨਾਲ ਮਨੁੱਖ ਜੁੜ ਜਾਏ ਤੇ ਕੋਈ ਵੀ ਦੌਰ ਹੋਏ ਕੋਈ ਵੀ ਐਰਾ ਹੋਏ ਕੋਈ ਵੀ ਟਾਈਮ ਪੀਰੀਅਡ ਹੋਏ ਆਪਾਂ ਦੇਖੀਏ ਜੇ ਮੰਨਿਆ ਜਾਏ ਕਿ ਪਦਾਰਥਕ ਤਬਦੀਲੀ ਦੇ ਨਾਲ ਬੰਦੇ ਦਾ ਜੀਵਨ ਸੁਖਦ ਹੋ ਗਿਆ ਭਈ ਕੰਫਰਟੇਬਲ ਤੇ ਜ਼ਰੂਰ ਹੋ ਗਿਆ ਇਹਦੇ 'ਚ ਕੋਈ ਸ਼ੱਕ ਨਹੀਂਗਾ ਪਰ ਇਹ ਕੰਫਰਟ ਹੋਣ ਦੇ ਬਾਵਜੂਦ ਵੀ ਕਿ ਮਨੁੱਖੀ ਸਮਾਜ ਦੀ ਹਾਲਤ ਬਦਲ ਗਈ ਹੈ ਐਸਾ ਤੇ ਨਹੀਂ ਹੈਗਾ ਬਲਕਿ ਜਿੰਨਾ ਅੱਜ ਮਾਨਸਿਕ ਤੌਰ ਤੇ ਬੰਦਾ ਪਰੇਸ਼ਾਨ ਹੈ ਇਸ ਤੋਂ ਪਹਿਲਾਂ ਕਦੀ ਵੀ ਨਹੀਂ ਹੋਇਆ 멘탈 ਹੈਲਥ ਦੀ ਹਾਲਤ ਦੇਖੋ ਤੁਸੀਂ ਘਰਾ ਥਾਵਾਂ ਦੇ ਵਿੱਚ ਡੋਮੈਸਟਿਕ এনवायरमेंट ਦੇਖੋ ਤੁਸੀਂ ਸੋ ਇਸ ਸਾਰੇ ਦੇ ਬਾਬਤ ਕਿਹਾ ਜਾਏਗਾ ਕਿ ਕੱਲਾ ਬਹਿਰੂਨੀ ਸਮਾਜ ਬਦਲਣ ਦੇ ਨਾਲ ਮਨੁੱਖ ਦੀ ਹੋਂਦੀ ਵਿੱਚ ਸੁਖਦਪੁਣਾ ਜਾਂ ਖੁਸ਼ੀ ਦਾ ਅਹਿਸਾਸ ਨਹੀਂ ਆਏਗਾ ਇਹਦੇ ਲਈ ਤੇ ਭਾਈ ਬੰਦੇ ਨੂੰ ਨਾਮ ਦਾ ਜਾਵਿਆ ਇੱਕ ਉਹੰਦਾ ਕਿਸਮ ਦੀ ਸਿੱਖਿਆ ਦੀ ਲੋੜ ਆ ਜਿਹੜੀ ਇਸ ਨੂੰ ਅਧਿਆਤਮਕ ਤਲ ਦੇ ਉੱਤੇ ਸਪਿਰਚੁਅਲ ਸਾਈਡ ਤੇ ਕਿਸੇ ਹਾਇਰ ਅਥਾਰਟੀ ਨਾਲ ਅੰਗੇਜ ਕਰ ਦੇਵੇ ਇਸ ਨੂੰ ਨਾਮ ਦੀ ਵਡਿਆਈ ਕਿਹਾ ਗਿਆ ਗੁਰੂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨਾਮਾ ਜੈਦੇਓ ਜੈਦੇਓ ਉਸ ਟ੍ਰੈਡੀਸ਼ਨਲ ਵੰਡ ਦੇ ਮੁਤਾਬਕ ਬ੍ਰਾਹਮਣੀ ਕਾਸਟਿਜ਼ਮ ਦੇ ਵਿੱਚੋਂ ਉਸ ਜਿਹੜਾ ਹੈਗਾ ਸ਼੍ਰੋਮਣੀ ਕਾਸਟ ਵਿੱਚੋਂ ਆ ਰਹੇ ਨੇ ਪਰ ਇਹਦਾ ਮਾਇਨਾ ਇਹ ਨਹੀਂ ਹੈਗਾ ਕਿ ਨਾ ਅੱਪਰ ਸਾਈਡ ਤੋਂ ਨਫ਼ਰਤ ਹੈ ਨਾ ਲੋਅਰ ਸਾਈਡ ਨੂੰ ਕਿਸੇ ਰੂਪ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਦੁਤਕਾਰਿਆ ਜਾ ਰਿਹਾ ਆ ਮਨੁੱਖ ਨੂੰ ਮਨੁੱਖ ਕਰਕੇ ਜਾਂਦਾ ਜਾਏ ਉਹ ਕਿਸੇ ਵੀ ਰੂਪ ਵਿੱਚ ਹੋ ਸਕਦਾ ਤੂੰ ਤਾਂ ਜਨਕ ਰਾਜਾ અવਤਾਰ ਉਹ ਜਨਕ ਰਾਜਾ ਵੀ ਹੋ ਸਕਦਾ ਪਰ ਵਿਡਿਆਈ ਨਾਮ ਦੀ ਹੈ ਰਾਜੇ ਦੀ ਨਹੀਂ ਵਿਡਿਆਈ ਇਥੇ ਉਸ ਸ਼ੋਭਨਿਕ ਜੀਵਨ ਆਚਰਣ ਦੀ ਹੈ ਜਿਹਦੇ ਅੰਦਰ ਬੰਦਾ ਆਪ ਮਨੁੱਖ ਹੋ ਕੇ ਜੀ ਸਕਦਾ ਕਿਸੇ ਨੂੰ ਮਨੁੱਖ ਹੋ ਕੇ ਜੀਣ ਵਾਸਤੇ ਪ੍ਰੇਰਣਾ ਦੇ ਸਕਦਾ ਇਹ ਨਾਮ ਹੈ ਨੂੰ ਸਰਲ ਕਰਕੇ ਹੋਰ ਜੇ ਦੇਖਣਾ ਹੋਏ ਤੇ ਬਾਬਾ ਜੀ ਬਿਆਨ ਕਰਦੇ ਕਿ ਨਾਮਾ ਜੈਦੇ ਕਬੀਰ ਤ੍ਰਿलोचन ਕਬੀਰ ਫਿਰ ਬਿਲਕੁਲ ਲੋਅਰ ਜਿਹੜਾ ਜਿਹਨੂੰ ਬਾਬਾ ਕਬੀਰ ਜੀ ਆਪ ਕਹਿੰਦੇ ਕਿ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੈ ਹਾਰ ਮੇਰੀ ਜਾਤ ਦਾ ਨਾਂ ਲੈ ਲੈ ਕੇ ਲੋਕੀ ਮਜ਼ਾਕ ੜਾਉਂਦੇ ਨੇ ਜੋਕ ਕਰਦੇ ਨੇ ਹਾਂ ਬਿਲਕੁਲ ਉਹ ਉਸ ਲੈਵਲ ਤੇ ਪਰ ਕਹਿੰਦੇ ਮੇਰੇ ਵਿੱਚ ਕੋਈ ਇਸ ਗੱਲ ਦਾ ਉਹ ਨਹੀਂ ਹੈਗਾ ਕਿ ਮੈਂ ਇਨਫੀਰੀਅਰ ਫੀਲ ਕਰਦਾ ਨਾ ਬਲੇ ਹਾਰ ਇਸ ਜਾਤ ਕੋ ਜਿਹਨ ਜਪਿਓ ਸਰ ਜਨਹਾਰ ਮੈਂ ਬਲੇ ਹਾਰ ਜਾਨਾ ਕਿ ਮੈਂ ਜਲਾਇਆਂ ਦੇ ਘਰ ਪੈਦਾ ਹੋਇਆ ਪਰ ਮੇਰੇ ਅੰਦਰ ਉਹ ਝੂਠਾ ਗੁਮਾਨ ਨਾ ਆਉਣ ਕਰਕੇ ਜਾਤੀ ਅਭਿਮਾਨ ਮੈਂ ਆਪਣੇ ਜੀਵਨ ਨੂੰ ਸੁਧਾਰਿਆ ਤੇ ਰੱਬ ਜੀ ਦੇ ਦੱਸੇ ਹੋਏ ਰਾਹ ਨੂੰ ਮੈਂ ਫਾਲੋ ਕੀਤਾ ਤੇ ਮੈਂ insani ਕਿਦਰਾਂ ਕੀਮਤਾਂ ਦਾ ਧਾਰਨੀ ਹੋ ਗਿਆ ਫਿਰ ਇਹੀ ਨਹੀਂ ਨਾਮਾ ਜੈਦੇਵ ਕਬੀਰ ਤ੍ਰਿloਚਨ ਤ੍ਰਿloਚਨ ਫਿਰ ਬ੍ਰਾਹਮਣੀ ਸਮਾਜ ਵਿੱਚ ਆ ਰਿਹਾ ਮਤਲਬ ਕਿ ਜਿੱਥੇ ਸਾਰੇ ਕਿਸਮ ਦੀ ਵੰਡੀ ਟੁੱਟ ਗਈ ਸਭ ਦੋਹ ਗਏ ਚਮਰੇ ਚਮਰੇ ਭਗਤ ਰਵਿਦਾਸ ਜੀ ਨੂੰ ਕਿਹਾ ਗਿਆ ਹੈ ਮਤਲਬ ਕਿਸੇ ਦਾ ਚਮੜੇ ਦਾ ਕੰਮ ਕਰਨਾ ਜਿਹਨੂੰ ਬਿਲਕੁਲ ਲੋਅਰ ਲੈਵਲ ਦਾ ਕੰਮ ਮੰਨਿਆ ਗਿਆ ਤੇ ਉਹ ਮਤਲਬ ਕਿਆ ਰਵਿਦਾਸ ਤੋਂ ਹੰਦਾ ਢੋਰਨੀਤ ਜਿਹਨੂੰ ਕਿਹਾ ਗਿਆ ਕਿ ਇਹਨੇ ਮਰੇ ਡੰਗਰ ਹੀ ਢੋਨੇ ਨੇ ਤੋਂ ਕਿਰਿਆ ਨੂੰ ਮੰਨਿਆ ਗਿਆ ਕਿ ਇਹ ਤੇ ਨਫ਼ਰਤ ਵਾਲੀ ਕਿਰਿਆ ਆ ਬੜੀ ਕਿਉਂਕਿ ਮਰੇ ਡੰਗਰਾਂ ਦੇ ਕੋਲੋਂ ਸਮੈਲ ਆਉਂਦੀ ਹੈ ਜਿਹੜਾ ਉਹਨਾਂ ਨੂੰ ਲੈ ਕੇ ਜਾਂਦਾ ਆ ਉਹਨਾਂ ਦੀ ਮਤਲਬ ਖਲੜੀ ਉਤਾਰਦਾ ਆਇਆ ਸਾਰਾ ਉਹ ਤੇ ਬੜੀ ਖੂਨ ਵਾਲੀ ਕਿਰਿਆ ਬਦਬੋਹ ਵਾਲੀ ਕਿਰਿਆ ਆ ਸਾਰੇ ਕੌਣ ਪਸੰਦ ਕਰੇਗਾ ਉਸ ਨੂੰ ਪਰ ਇਹ ਸੱਚ ਹੈ ਕਿ ਉਹਨਾਂ ਦਾ ਸਮਾਜ ਵਿੱਚ ਕਿੱਡਾ ਵੱਡਾ ਕੰਟਰੀਬਿਊਸ਼ਨ ਹੈ ਅੱਜ ਦੇ ਬਦਲੇ ਹਾਲਾਤਾਂ ਦੇ ਵਿੱਚ ਵੀ ਅਸੀਂ ਦੇਖੀਏ ਤੇ ਚਾਰ ਪੈਰ ਤੁਰਨਾ ਹੋਏ ਕਿਤੇ ਬਾਹਰ ਤੇ ਪੈਰਾਂ ਦੇ ਵਿੱਚ ਜੋੜਾ ਨਾ ਹੋਏ ਕੀ ਹਾਲਤ ਬਣੇਗੀ ਅਦੇ ਮੰਨਿਆ ਗਿਆ ਕਿ ਬੰਦੇ ਨੂੰ ਕੋਈ ਤਨ ਤੇ ਬਸਤਰ ਪਾਣ ਨੂੰ ਨਾ ਮਿਲੇ ਤਾਂ ਸਰਵਾਈਵ ਕਰ ਸਕਦਾ ਹੈ ਪਰ ਜੇ ਪੈਰ ਵਿੱਚ ਜੋੜਾ ਨਾ ਹੋਏ ਤੇ ਜਿਸ ਦੌਰ ਦੀ ਅਸੀਂ ਗੱਲ ਕਰ ਰਹੇ ਹਾਂ ਉਸ ਦੌਰ ਦੇ ਵਿੱਚ ਤੇ ਨਾ ਸੜਕਾਂ ਸੀਗੀਆਂ ਨਾ ਕਿਤੇ ਪੇਵਿੰਗ ਹੋਈ ਸੀ ਨਾ ਕੁਛ ਕੱਚੇ ਦੌਰ ਕੰਡੇ ਸਾਰਾ ਤੇ ਜੁੱਤੀ ਤੋਂ ਬਿਨਾਂ ਤੇ ਇੱਕ ਪਲ ਵੀ ਇੱਕ ਪਲ ਵੀ ਨਹੀਂ ਬੰਦਾ ਨਿਕਲ ਸਕਦਾ ਇਸੇ ਕਰਕੇ ਜੋ ਦਰਬਾਰ ਸਾਹਿਬ ਦੀ ਅਸੀਂ ਅੰਮ੍ਰਿਤਸਰ ਸ਼ਹਿਰ ਦੀ ਅਬ ਵਸੇਬੇ ਦੀ ਗੱਲ ਕਰਦੇ ਆਂ ਗੁਰੂ ਰਾਮਦਾਸ ਸਾਹਿਬ ਬਸਾਉਂਦੇ ਨੇ ਤੇ ਦਰਬਾਰ ਸਾਹਿਬ ਜਿੱਥੇ ਧਰਮਸ਼ਾਲ ਬਣਾਈ ਬਾਅਦ ਵਿੱਚ ਗੁਰੂ ਅਰਜਨ ਸਾਹਿਬ ਨੇ ਦਰਬਾਰ ਸਾਹਿਬ ਇਮਾਰਤ ਉਸ ਤਲਾਦ ਦੇ ਵਿੱਚ ਬਣਾਈ ਉਸ ਢਾਬ ਦੇ ਉਸ ਧਰਮਸ਼ਾਲ ਦੇ ਸਭ ਤੋਂ ਨੇੜੇ ਵਾਲਾ ਬਾਜ਼ਾਰ ਮੋਚੀ ਬਾਜ਼ਾਰ ਬੜਾਇਆ ਹਾਲਾਂਕਿ ਇਹ ਕਿਆ ਜਾਂਦਾ ਸੀਗਾ ਕਿ ਇਹ ਲੋਕ ਜਿਹੜੇ ਨੇ ਇਹ ਲੋਕ ਦੁਤਕਾਰਨ ਦੇ ਲੋਕ ਦੁਤਕਾਰੇ ਜਾਣ ਵਾਲੇ ਲੋਕ ਨੇ ਇਹਨਾਂ ਨੂੰ ਤੇ ਸ਼ਹਿਰ ਤੋਂ ਬਾਹਰ ਥਾਂ ਦੇ ਉ ਜਾ ਕੇ ਕਿੱਥੇ ਨਾ ਕਿ ਜਿਹਦੀ ਸਭ ਤੋਂ ਵੱਧ ਲੋੜ ਆ ਸਮਾਜ ਵਿੱਚ ਉਹਦੀ ਕਿਰਤ ਨੂੰ ਕਿਉਂ ਨਫ਼ਰਤ ਕੀਤੀ ਜਾਏ ਸੁ ਕਿਰਤਿਆਂ ਨੂੰ ਪਿਆਰ ਕਰਨਾ ਕਿਰਤ ਦੀ ਕਾਰ ਨੂੰ ਸਮਝਾਉਣਾ ਤੇ ਕਹਿਣਾ ਕਿ ਕੋਈ ਵੀ ਕਾਰਜ ਹੋਏ ਭਾਈ ਕੰਟਰੀਬਿਊਸ਼ਨ ਐ ਸੋਸਾਇਟੀ ਚ ਆਪੋ ਆਪਣੇ ਰੰਗੇ ਦਿੱਤਾ ਜਾ ਰਿਹਾ ਬਾਕੀ ਇਹ ਗੱਲ ਆ ਕਿ ਕੋਈ ਸ਼ਖਸ ਚਮੜਾ ਕੱਟਦਾ ਆ ਉਸ ਨੂੰ ਸਾਫ਼ ਕਰਦਾ ਆ ਉਸ ਨੂੰ ਗੰਡ ਕੇ ਕਿਸੇ ਨੂੰ ਜੋੜਾ ਜੁੱਤੀ ਬਣਾ ਕੇ ਤਿਆਰ ਕਰਕੇ ਦੇਂਦਾ ਇਹਦਾ ਮਤਲਬ ਇਹ ਨਹੀਂ ਹੋ ਸਕਦਾ ਕਿ ਉਹ ਬੰਦਾ ਅਧਿਆਤਮਕ ਧਾਰਮਕ ਤੌਰ ਤੇ ਰੋਹਾਨੀ ਤੌਰ ਤੇ ਕਿਤੇ ਨਹੀਂ ਪਹੁੰਚ ਸਕਦਾ ਨਾ ਹਾਈ પ્રાਣੀ ਸ਼ਾਸਤਰੀ ਵੰਡ ਦੇ ਵਿੱਚ ਰਾਈਟਿੰਗਸ ਦੇ ਵਿੱਚ પ્રાਣੀਆਂ ਲਖਾਵਟਾਂ 'ਚ ਇਹ ਗੱਲ ਰਹੀ ਪਰ ਗੁਰਮਤ ਨੇ ਕਿਹਾ ਨਾ ਰਵਿਦਾਸ ਤੋਂ ਹੰਦਾ ਢੋਰਨੀ ਤਨ त्यागी माया ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ ਉਹ ਤੇ ਹਰੀ ਦੇ ਦਰਸ਼ਨ ਕਰ ਗਿਆ ਉਹ ਤੇ ਰੱਬ ਦਾ ਰੂਪ ਹੋ ਗਿਆ ਅਸਲ ਵਿੱਚ ਉਹਦੇ ਦ دیدار ਪਾ ਕੇ ਸਿੱਥ ਕਿਹਾ ਨਾਮਾ ਜੈਦੇਓ ਕਬੀਰ ਤਿਲੋਚਨ ਸਭ ਦੋਖ ਗਏ ਚਮਰੇ ਕੈਸਾ ਵਧੀਆ ਦੌਰ ਆਇਆ ਕਿ ਕਿਸੇ ਦੀ ਜਾਤ ਉਹਦਾ ਦੋਖ ਨਹੀਂਗਾ ਇਹ ਸਮਝ ਆ ਗਏ ਲੋਕਾਂ ਨੂੰ ਇਹ ਸਿੱਖਤ ਹੋ ਗਏ ਸੋ ਉਸ ਸਾਰੇ ਦੀ ਵਡਿਆਈ ਹੈ ਤੇ ਇਹ ਵਡਿਆਈ ਕਾਦੀ ਹੈ ਇਹ ਕਿਸੇ ਬਦਲ ਦੇ ਦੌਰ ਦੀ ਵੀ ਵਡਿਆਈ ਨਹੀਂਗੇ ਇਹ ਹੈ ਨਾਮ ਦੀ ਵਡਿਆਈ ਜਦਵੇਂ ਜਿਵੇਂ ਬੰਦਾ ਉਸ ਰੱਬ ਜੀ ਦੇ ਗਿਆਨ ਦੇ ਨਾਲ ਇਨਲਾਈਟਡ ਹੋਏਗਾ ਉਦੀ ਅਪਰੋਚ ਆਪਣੇ ਬਾਰੇ ਆਲੇ ਦੁਆਲੇ ਬਾਰੇ ਬਦਲੇਗੀ ਮਹਾਰਾਜ ਨੇ ਇੱਥੇ ਬਿਆਨ ਕੀਤਾ ਗੁਰੂ ਅਮਰਦਾਸ ਸਾਹਿਬ ਨੇ ਜੁਗ ਚਾਰੇ ਨਾਮ ਵਡਿਆਈ ਹੋਈ ਭਈ ਜੁਗ ਕੋਈ ਵੀ ਹੋਏ ਦੌਰ ਕੋਈ ਵੀ ਹੋਏ ਵਡਿਆਈ ਨਾਮ ਦੀ ਹੈ ਜਿੰਨੂੰ ਇਹ ਸੱਚੀ ਸੁੱਚੀ ਸਿੱਖਿਆ ਮਿਲ ਗਈ ਉਹ ਕਿਸੇ ਵੀ ਦੌਰ ਦੇ ਵਿੱਚ ਆਪਣੇ ਜੀਵਨ ਨੂੰ ਸੁਖਦ ਕਰ ਸਕਦਾ ਜੇ ਨਾਮ ਲੱਗੈ ਸੇ ਮੁਕਤ ਹੋਵੇ ਮੁਕਤੀ ਨਾਮ ਦੇ ਜ਼ਰੀਏ ਹੈ ਨਾਮ ਦੇ ਦਰਵਾਜ਼ੇ 'ਚੋਂ ਨੰਘ ਕੇ ਮੁਕਤੀ ਮਿਲਦੀ ਹੈ ਜੇ ਬੰਦਾ ਇਹੋ ਜੀ ਸਿੱਖਿਆ ਸੋਚ ਨੂੰ ਪੜ੍ਹੇਗਾ ਸੁਣੇਗਾ ਸਮਝੇਗਾ ਇਹੋ ਜੀ ਪੜਨ ਸੁਣਨ ਵਾਲਿਆਂ ਦੀ ਸੰਗਤ ਕਰੇਗਾ ਇਹ ਨਾਮ ਹੈ ਸਾਰਾ ਮੁਕਤੀ ਮਿਲੇਗੀ ਹੋਰ ਤੇ ਕੋਈ ਤਰੀਕਾ ਨਹੀਂ ਕਾ ਮੁਕਤੀ ਦਾ ਹਾਂ ਬਹੁਤ ਸਾਰੇ ਰਿਚੁਅਲਸ ਬਹੁਤ ਸਾਰੀਆਂ ਕਰਮਕਾਂਡੀ ਇੱਕ ਰਵਾਇਤਾਂ ਇਹ ਉਸ ਖਿੱਤੇ ਦੇ ਜਿਹਦੇ ਸਾਊਥ ਈਸ਼ੀਅਨ ਖਿੱਤੇ ਦੀ ਗੱਲ ਕੀਤੀ ਜਾ ਰਹੀਆਂ ਵੈਸੇ ਦੁਨੀਆਂ ਪੱਧਰ ਤੇ ਵੀ ਰਹੀਆਂ ਈਵਨ ਮਤਲਬ ਬੰਦਾ ਫੌਤ ਹੋ ਗਿਆ ਫੌਤ ਹੋਣ ਤੋਂ ਬਾਅਦ ਉਹਦੇ ਵਾਸਤੇ ਵੱਖਰੇ ਵੱਖਰੇ ਕਿਰਿਆਕਲਾਪ ਕਰਾਏ ਗਏ ਵੱਖਰੇ ਤਰੀਕੇ ਨਾਲ ਉਸ ਨੂੰ ਸਾੜਿਆ ਦਬਾਇਆ ਜੋ ਵੀ ਮੁਕਤੀ ਵਾਸਤੇ ਬਾਬਾ ਜੀ ਕਹਿੰਦੇ ਇਸ ਤਰ੍ਹਾਂ ਮੁਕਤੀ ਨਹੀਂ ਮਿਲਦੀ ਮਤਲਬ ਮੋਏ ਹੋਏ ਜੋ ਮੁਕਤ ਦੇਹ ਕੋ ਮੁਕਤ ਨ ਜਾਣੇ ਕੋਇਲਾ ਜੇ ਮਰਨ ਤੋਂ ਬਾਅਦ ਮੁਕਤੀ ਮਿਲੇਗੀ ਤੇ ਮੁਕਤ ਨਹੀਂ ਮੁਕਤੀ ਨੂੰ ਕੌਣ ਜਾੜੇਗਾ ਤੇ ਜੀਵਨ ਮੁਕਤ ਆ ਜੀਵਨ ਮੁਕਤ ਕਿਵੇਂ ਹੋ ਸਕਦਾ ਬੰਦਾ ਉਹ ਤਾਂ ਹੋ ਸਕਦਾ ਮਹਾਰਾਜ ਬਿਆਨ ਇੱਥੇ ਕਰ ਰਹੇ ਨੇ ਕਿ ਜੇ ਨਾਮ ਲੱਗ ਐ ਜੇ ਨਾਮ ਦੇ ਨਾਲ ਸਾਝ ਲੱਗ ਜਾਏ ਜੇ ਚੰਗੀ ਸੋਚ ਅਪੀਲ ਕਰ ਜਾਏ ਤੇ ਉਸ ਰੀਜ਼ਨ ਕਰਕੇ ਬੰਦਾ ਇਸ ਨੂੰ ਆਪਣੇ ਜੀਵਨ ਦੇ ਚ ਇੰਪਲੀਮੈਂਟ ਕਰ ਦੇ ਅਪਲਾਈ ਕਰ ਲਵੇ ਸਮਝੋ ਇਹ ਚੀਜ਼ ਜਿਹੜੀ ਐ ਜੇ ਨਾਮ ਲੱਗ ਐ ਸੁਮੁਖਤ ਹੋਵੇ ਗੁਰਬਿਨ ਨਾਮ ਨਾ ਪਾਵੇ ਕੋਈ ਗੁਰਬਿਨ ਗੁਰ ਗੁਰੂ ਨੂੰ ਕਿਹਾ ਗਿਆ ਮਾਸਟਰ ਨੂੰ ਕਿਹਾ ਗਿਆ ਪਰ ਮਾਸਟਰ ਕੀ ਕਰਦਾ ਆ ਮਾਸਟਰ ਅਸਲ ਵਿੱਚ ਮੈਥਡ ਦਿੰਦਾ ਆ ਉਹ ਵੀ ਗੋਰਿਆ ਟੈਕਨੀਕ ਤਰੀਕੇਕਾਰ ਦਾ ਇਸ ਤਰ੍ਹਾਂ ਜਾਣੀਏ ਹਰ ਕੰਮ ਨੂੰ ਕਰਨ ਦਾ ਇੱਕ ਢੰਗ ਤਰੀਕਾ ਹੁੰਦਾ ਹੈ ਵੱਲ ਹੁੰਦਾ ਹੈ ਜੇ ਉਹ ਵੱਲ ਆ ਜਾਏ ਤੇ ਉਸ ਕੰਮ ਨੂੰ ਕਰਦਿਆਂ ਹੋਇਆਂ ਬੰਦੇ ਨੂੰ ਰਿਜ਼ਲਟਸ ਵੀ ਪ੍ਰੋਪਰ ਮਿਲਦੇ ਨੇ ਉਸ ਕੰਮ ਨੂੰ ਕਰਨ ਦੇ ਵਿੱਚ ਉਹ ਸੁਖਾਲਾ ਵੀ ਮਹਿਸੂਸ ਕਰਦਾ ਹੈ ਤੇ ਉਸ ਕੰਮ ਨੂੰ ਕਰਕੇ ਉਸ ਨੂੰ ਸੈਟੀਸਫੈਕਸ਼ਨ ਖੁਸ਼ੀ ਵੀ ਮਿਲਦੀ ਹੈ ਇਹ ਚੀਜ਼ ਜਿਹੜੀ ਗੁਰਦੇ ذریعے ਆਉਂਦੀ ਹੈ ਜ਼ਿੰਦਗੀ ਜਿਉਣੀ ਮਨੁੱਖ ਦੇ ਰੂਪ ਦੇ ਵਿੱਚ ਇਹ ਸਭ ਤੋਂ ਬੈਸਟ ਕਾਰਜ ਹੈ ਮਨੁੱਖ ਨੇ ਇਸ એનર્ਜੀ ਨੂੰ ਧਰਤੀ ਦੇ ਉੱਤੇ ਵਾਪਰਦਿਆਂ ਹੋਇਆ ਵੇਖਣਾ ਐਕਚੁਅਲੀ ਅਸੀਂ ਸਹੀ ਰੂਪ ਵਿੱਚ ਕਿਹਾ ਜਾਏ ਸਾਡੀ ਕੌਂਸ਼ੀਅਸ ਸਾਰੇ ਨੂੰ ਵਿਟਨੈਸ ਕਰਦੀ ਏ ਇਸ એનર્ਜੀ ਨੂੰ ਜਦੋਂ ਕੌਂਸ਼ੀਅਸ ਵਿਟਨੈਸ ਕਰਦੀ ਏ ਤੇ ਇਹ એનર્ਜੀ ਸਹੀ ਕਰਨ ਦੀ ਪਿਆ ਗਲਤ ਕਰਦੀ ਏ ਕੌਂਸ਼ੀਅਸ ਤੰਗ ਹੁੰਦੀ ਏ ਇਹੀ ਬੰਦੇ ਦੀ ਦਿੱਕਤ ਹੈ ਹੋਰ ਕੋਈ ਤੰਗ ਤੰਗੀਲੀ ਬੰਦੇ ਨਾ ਬੰਦਾ ਇਸ એનર્ਜੀ ਨੂੰ ਜਦੋਂ ਦੇਖਦਾ ਆ ਕਿ ਜਿਸ ਤਰੀਕੇ ਨਾਲ ਇਸ ਨੂੰ ਕੰਟਰੀਬਿਊਟ ਕਰਨਾ ਚਾਹੀਦਾ ਉਹ ਮੈਨ ਨਹੀਂ ਕਰ ਪਾ ਰਹੀ ਕੌਂਸ਼ੀਅਸ ਵੇਖਦੀ ਚੇਤਨਾ ਵੇਖਦੀ ਤੇ ਉਹ ਦੁਖੀ ਹੁੰਦੀ ਫਿਰ ਕਈ ਵਾਰੀ ਬੰਦਾ ਜਿਹੜਾ ਬਹੁਤ ਚੇਤਨ ਹੋਏ ਤੇ ਆਪਣੀ ਕੌਂਸ਼ੀਅਸ ਨੂੰ ਉਸ ਲੈਵਲ ਤੇ ਉਹ ਉਹਦੀ ਕੌਂਸ਼ੀਅਸ ਉਸ ਨੂੰ ਵੇਖ ਰਹੀ ਹੋਏ ਉਹ ਸਾਰੇ ਰੂਪ ਦੇ ਵਿੱਚ ਤੇ ਲੱਗੇ ਠੀਕ ਨਹੀਂ ਹੋ ਰਿਹਾ ਫਿਰ ਉਹ ਅਨਕੌਂਸ਼ੀਅਸ ਹੋਣ ਵਾਸਤੇ ਵੀ ਐਫਰਟ ਪਾਉਂਦਾ ਆ ਜਿਵੇਂ ਲੋਕੇ ਨਸ਼ੇ ਕਰਦੇ ਨੇ ਨਸ਼ਾ ਕੀ ਐਸਲ ਦੇ ਵਿੱਚ ਬੰਦਾ ਆਪਣੇ ਆਪ ਨੂੰ ਭੁਲਾ ਦੇਣਾ ਚਾਹੁੰਦਾ ਸਾਰਾ ਕੁਝ। ਜਾਂ ਹੋਰ ਇਹੋ ਜਿਹੇ ਤਰੀਕੇ ਕਰਦਾ। ਇਵਨ ਜਦੋਂ ਬੰਦਾ ਬਹੁਤ ਜ਼ਿਆਦਾ ਕੌਨਸ਼ੀਅਸ ਲੈਵਲ ਤੇ ਇਹ ਦੇਖੇ ਕਿ ਇਹ એનર્ਜੀ ਜਿਹੜੀ ਹੈ ਇਹ मीनिंगलेस ਹੋ ਰਹੀ ਹੈ। ਉਹ ਇਹਨੂੰ ਫਨਾ ਕਰਨ ਵਾਸਤੇ ਮੈਨ ਜਿਹਨੂੰ ਸੁਸਾਇਟਲ ਹੋਣਾ ਕਹਿੰਦੇ ਆ ਉਸ ਪਾਸੇ ਵੀ ਤੁਰ ਪੈਂਦਾ ਹੈ। ਪਰ ਜਿਹੜਾ ਇਹ ਬਚਨ ਆਇਆ ਬਾਬਾ ਜੀ ਦਾ ਬਾਬਾ ਜੀ ਕਹਿੰਦੇ कि जे नाम लागै सो मुक्त होवै गुरबिंद नाम ना पावै कोई गुरु गुरु तो मेथड मिलदा उस मेथड ਦੇ ਵਿੱਚੋਂ ਹੀ ਨਾਮ ਜੀਵਨ ਵਿੱਚ ਉਜਾਗਰ ਹੋ ਜਾਂਦਾ ਉਜਾਗਰ ਹੋਣ ਦਾ ਮਤਲਬ ਵੀ ਸਮਝ ਲਈਏ ਇੱਕ ਛੋਟਾ ਜਿਹਾ ਤੁਸੀਂ ਸੀਡ ਪਕੜਦੇ ਹੋ ਐਵੇਂ ਸਪੋਜ਼ ਕਰੋ ਐਪਲ ਦਾ ਆਇਆ ਪਲਮ ਦਾ ਆਇਆ ਤੇ ਕੋ ਇਹਦੇ ਵਿੱਚ ਨਾ 2 ਲੱਖ ਐਪਲ ਨੇ ਇਹਦੇ ਵਿੱਚ 10 ਲੱਖ ਇਹਦੇ ਚ ਜਿਹੜੇ ਹੈਗੇ ਨੇ ਪਲਮ ਨੇ ਜਿਵੇਂ ਅੱਜ ਦੀ ਦੁਨੀਆ ਦੀ ਦੇਖੀ ਜਾਏ ਐਕਚੁਅਲੀ ਇਹ ਮਦਰ ਨੇਚਰ ਨੂੰ ਸਮਝ-ਸਮਝ ਕੇ ਚੀਜ਼ਾਂ ਬੰਦੇ ਨੂੰ ਸਮਝ ਆ ਰਹੀਆਂ ਥੋੜੀ-ਥੋੜੀ ਜਿਵੇਂ ਆਪਾਂ ਕੋਈ ਚਿਪ ਦੇਖਦੇ ਹਾਂ ਛੋਟੀ ਜੀ ਬੰਦਾ ਕਹਿੰਦਾ ਇੰਨੀ ਕਿਛ ਚਿਪਿਆ ਕਮਾਲ ਹੋ ਗਈ ਇਹਦੇ ਜ਼ਰੀਏ ਸਾਰਾ ਡਾਟਾ ਵੀ ਐਡਰੈਸ ਦਾ ਟਰਾਂਸਫਰ ਹੋ ਰਿਹਾ ਹੈ ਇਹਦੇ ਨਾਲ ਮਤਲਬ ਇਕਾਈਪੀ ਐਡਰੈਸ ਵੀ ਜਾ ਰਿਹਾ ਹੈ ਫੋਨ ਵੀ ਹੋ ਰਿਹਾ ਸਾਰਾ ਕੁਝ ਜਿਵੇਂ ਤੁਸੀਂ ਉਹਨੂੰ ਡੀਕੋਡ ਕਰਦੇ ਹੋ ਤਾਂ ਡਾਟਾ ਵੱਡਾ ਪੂਰੇ ਦਾ ਪੂਰਾ ਜਿਹੜਾ ਹੈਗਾ ਉਹ ਇੱਕ ਵੱਡੀ ਵਾਲ ਜਿਡਾ ਏਰੀਆ ਉਹਦੇ ਚ ਸੰਸਾਰ ਵਸਿਆ ਹੁੰਦਾ ਪੂਰਾ ਬੰਦਾ ਕਹਿੰਦਾ ਕਮਾਲ ਹੋ ਗਿਆ ਨਾ ਇਹ ਇਸ ਤਰੀਕੇ ਨਾਲ ਕਨੈਕਟਡ ਹੈ ਇੱਕ ਦੂਜੇ ਦੇ ਨਾਲ ਹਾਂ ਭਾਈ ਤੇ ਅਜੇ ਇਹ ਇੱਕ ਚੀਜ਼ ਆ ਜਿਹੜਾ ਇਹਦੇ ਪਿੱਛੇ ਹੋਰ ਸਿਸਟਮ ਕੰਮ ਕਰ ਰਿਹਾ ਉਹ ਤੇ ਇਸ ਤੋਂ ਵੀ ਕਿਤੇ ਵੱਡਾ ਆ ਵਿਸ਼ਾਲ ਆ ਇਨ ਬਿਨ ਇੱਕ ਐਗਜ਼ੈਕਟਲੀ ਐਵੇਂ ਜਿਵੇਂ ਇੱਕ ਛੋਟਾ ਜਿਹਾ ਸੀਡ ਆ ਉਸ ਸੀਡ ਦੇ ਵਿੱਚ ਉਹ ਹਜ਼ਾਰਾਂ ਲੱਖਾਂ ਤਰ੍ਹਾਂ ਦੇ ਹੋਰ ਸੀਡ ਤੇ ਲੱਖਾਂ ਤਰ੍ਹਾਂ ਦੇ ਫਲ ਫੁੱਲ ਉਹਦੇ ਚ ਪਏ ਨੇ ਇਹ ਕੁਦਰਤ ਨੇ ਇਸੇ ਤਰੀਕੇ ਨਾਲ ਜਿਹੜੀ ਨਾਮ ਵਾਲੀ ਬਾਤ ਆ ਨਾ ਨਾਮ ਕਹਿਣ ਨੂੰ ਤਾਂ ਇੱਕ ਛੋਟੀ ਜੀ ਗੱਲ ਆ ਕਿ ਬੰਦੇ ਨੂੰ ਰੱਬ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਜੇ ਬੰਦਾ ਕਰ ਲਵੇ ਤੇ ਬੰਦੇ ਨੂੰ ਇੱਕ ਦੂਸਰੇ ਦੇ ਨਾਲ ਪਿਆਰ ਨਾਲ ਰਹਿਣਾ ਚਾਹੀਦਾ ਹੈ ਜੇ ਬੰਦਾ ਰਹਿਣਾ ਸ਼ੁਰੂ ਕਰ ਦੇਵੇ ਤੇ ਐਕਚੁਅਲੀ ਉਸ ਤੋਂ ਬਾਅਦ ਫਿਰ ਨਾਮ ਆਪਣੀ ਕਮਾਲੇ ਕਰਾਮਾਤ ਵਿਖਾਉਂਦਾ ਹੈ ਬੰਦਾ ਕੀ ਹੈ ਇਹ ਵੀ ਕਾ ਭਾਪਾ ਜੀ ਨੇ ਵਾਰ-ਵਾਰ ਬਾਣੀ ਚ ਕਿਹਾ ਵੀ ਹੈ ਕਿ ਬੰਦਾ ਅਮੂੜ ਹੈ ਅਮੂੜ ਇਸ ਤਰ੍ਹਾਂ ਆ ਕਿ ਜਿਵੇਂ ਸਾਨੂੰ ਆਲੇ-ਦੁਆਲੇ ਤੋਂ ਟ੍ਰੇਨਡ ਕੀਤਾ ਜਾਂਦਾ ਤੇ ਉਹ ਟ੍ਰੇਨਿੰਗ ਇਸ ਤਰੀਕੇ ਦੀ ਮਿਲਦੀ ਸੋਚ ਨੂੰ ਖੋਪੇ ਚੜ ਜਾਂਦੇ ਬਸ ਜਿੰਨਾ ਕਿ ਕਿਸੇ ਨੇ ਵਿਜ਼ਨ ਵਿਖਾਇਆ ਸਾਡੇ ਸਾਰਿਆਂ ਦੀ ਸੁਰਤਿ ਚ ਸਾਡਾ ਘਰ ਪਰਿਵਾਰ ਮਾਂ-ਬਾਪ ਜਾਂ ਜਿਸ ਸੋਸ਼ਲ ਸਟਰਕਚਰ ਚ ਅਸੀਂ ਪੈਦਾਇਸ਼ ਲੈ ਕੇ ਭਲੇ ਆ ਥੋੜਾ ਉਥੋਂ ਉਹੀ ਸੋਚ ਸਾਡੇ ਅੰਦਰ ਘਰ ਕਰ ਗਈ ਹੈ ਬਸ ਉਨੀ ਕੀ ਉਸ ਤੋਂ ਬਾਅਦ ਬੰਦੇ ਦੇ ਕੋਲ ਆਪਣੇ ਆਪ ਨੂੰ ਮਤਲਬ ਸੋਚ ਨੂੰ ਰੀਆਰਗੇਨਾਈਜ਼ ਕਰਨ ਦਾ ਕਿਤੇ ਮੌਕਾ ਵੀ ਬਣੇ ਸੋਚ ਨੂੰ ਕਿਤੇ ਸਹੀ ਤਰੀਕੇ ਨਾਲ ਕਿਤੇ ਐਸੋਸੀਏਟ ਕਰਨ ਦਾ ਮੌਕਾ ਵੀ ਬਣੇ ਪਰ ਜਿਹੜੀ ਪਹਿਲੀ ਸੋਚ ਆ ਉਹ ਮਤ ਇਤਨੀ ਡਾਡੀ ਬਣ ਜਾਂਦੀ ਮਨ ਨੂੰ ਅਡਾਪਟ ਕਰਨਾ ਮਨ ਮਤ ਕਹਿੰਦੀ ਮੈਂ ਛੱਡਣਾ ਨਹੀਂ ਨਾ ਆਹੀ ਮਨੁੱਖ ਦੀ ਸਭ ਤੋਂ ਵੱਡੀ ਮੁਸ਼ਕਲ ਹੈ ਬੰਦੇ ਨੂੰ ਲੱਗਦਾ ਕਿ ਇਹ ਜਿਹੜੀ ਕਿਸੇ ਤਰੀਕੇ ਦੀ ਸੋਚ ਇੱਕ ਵਾਰੀ ਆ ਗਈ ਨਾ ਉਹ ਭਵੇਂ ਮੈਲ ਹੀ ਹੋਏ ਮੈਲ ਹੀ ਹੋਏ ਬੰਦੇ ਨੂੰ ਲੱਗਦਾ ਇਹੀ ਮੇਰਾ ਵਜੂਦ ਹੈ ਇਹਦਾ ਸੁਧਾਰ ਗੁਰ ਕਰਵਾਉਂਦਾ ਹੈ ਗੁਰੂ ਕੋਈ ਗੁਰੂ ਨੂੰ ਪਤਾ ਹੈ ਕਿਵੇਂ ਲਾਉਣੀ ਹੈ ਪਰ ਗੁਰੂ ਦਾ ਵੀ ਕਾਰਜ ਇਹ ਹੈ ਜੇ ਗੁਰੂ ਦੇ ਹਵਾਲੇ ਕਰੋਗੇ ਆਪਣੀ ਸੋਚ ਨੂੰ ਤੇ ਜੇ ਗੁਰੂ ਨਾਲ ਵੀ ਉਪਰੀ ਜੀ ਸਾਝ ਰੱਖਾਂਗੇ ਵੀ ਮਤਲਬ ਜਿਵੇਂ ਦੂਰੋਂ ਆਏ ਤੇ ਹਾਈ ਹੈਲੋ ਕਰਕੇ ਚਲੇ ਗਏ ਗੁਰੂ ਦੇ ਨਾਲ ਜੇ ਐਸੋਸੀਏਸ਼ਨ ਨਹੀਂ ਬਣੀ ਭੇਟਾ ਨਹੀਂ ਹੋਏਗੀ ਮੁਲਾਕਾਤ ਨਹੀਂ ਹੋਏ ਗੁਰੂ ਦੇ ਹਵਾਲੇ ਗੁਰੂ ਦੇ ਦੱਸੇ ਹੋਏ ਨੂੰ ਇੰਪਲੀਮੈਂਟ ਕਰਨ ਲਈ ਰੈਡੀ ਨਹੀਂ ਹੋਵਾਂਗੇ ਉਹ ਕਰਾਮਾਤ ਨਹੀਂ ਵਾਪਰੇਗੀ ਸਭ ਕਹਿੰਦੇ ਮੁਕਤੀ ਹੈ ਪਰ ਗੁਰਬਿੰਨ ਨਾਮ ਨਾ ਪਾਵੇ ਕੋਈ ਮੁਕਤੀ ਨਾਮ ਦੇ ਜ਼ਰੀਏ ਹੈ ਤੇ ਨਾਮ ਗੁਰੂ ਦੇ ਜ਼ਰੀਏ ਹੈ ਤੇ ਗੁਰੂ ਤੱਕ ਬੰਦੇ ਦੀ ਰਸਾਈ ਨਹੀਂ ਗਈ ਬਸ ਇਸੇ ਕਰਕੇ ਫਿਰ ਉਹ ਵੱਖਰੇ ਵੱਖਰੇ ਐਕਸਕਿਊਜ਼ ਬਣਾਈ ਜਾਂਦਾ ਉਹ ਕਦੀ ਸਤਜੁਗ ਸੀ ਹੁਣ ਤੇ ਕਲਯੁਗ ਆ ਗਿਆ ਆ ਹੋ ਗਿਆ ਆ ਹੋ ਗਿਆ ਫਿਰ ਰਿਐਲਿਟੀ ਦੇ ਵਿੱਚ ਜਿਹੜੀ ਚੀਜ਼ ਤੈਨੂੰ ਮਿਲ ਰਹੀ ਹੈ ਤੂੰ ਅਵੇਲ ਨਹੀਂ ਕਰ ਰਿਹਾ ਉਸ ਨੂੰ ਤੂੰ ਉਸ ਨੂੰ ਅਵੇਲ ਕਰੇਂਗਾ ਦੈਨ ਡੈਫੀਨਿਟਲੀ ਯੂ ਕੈਨ ਗੈਟ ਇਟ ਮਦਰ ਨੇਚਰ ਸਭ ਤੇ ਤਰਸ ਕਰਦੀ ਹੈ ਸ਼ੁਰੂਆਤੀ ਬੰਦ ਸੀ ਇਸ ਪਾਵਨ ਸ਼ਬਦ ਦਾ ਮਹਾਰਾਜ ਨੇ ਬਿਆਨ ਕੀਤਾ ਸਤਜੁਗ ਸੱਚ ਕਹੈ ਸਭ ਕੋਈ ਕਿਹਾ ਰੰਦਾ ਸਤਜੁਗ ਵਿੱਚ ਸਾਰੇ ਸੱਚ ਬੋਲਦੇ ਹੁੰਦੇ ਸੀਗੇ ਪਰ ਅੱਜ ਵੀ ਤੇ ਬੋਲਿਆ ਜਾ ਸਕਦਾ ਅੱਜ ਕੀ ਦਿੱਕਤ ਆ ਬੰਦਾ ਕਹਿੰਦਾ ਨਹੀਂ 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 ਅੱਜ ਤੇ ਝੂਠ ਦੀ ਦੁਨੀਆ ਆ ਸਭ ਝੂਠ ਤੂਫਾਨ ਚੱਲਦਾ ਆ ਸਾਰੀ ਭਾਵੇਂ ਤੁਸੀਂ ਉਹ ਇੰਡਸਟਰੀ ਵੇਖ ਲਓ ਭਾਵੇਂ ਤੁਸੀਂ ਇੱਥੋਂ ਦਾ ਜਿਹੜਾ ਹੈਗਾ ਆ ਬਿਜ਼ਨਸ ਦੇਖ ਲਓ ਭਾਵੇਂ ਤੁਸੀਂ ਸੋਸ਼ਲ ਸਟਰਕਚਰ ਦੇਖ ਲਓ ਕਹਿਣਾ ਕੁਝ ਵੇਚਣਾ ਕੁਝ ਵਖਾਣਾ ਕੁਝ ਉਹ ਇਹ ਸਾਰੇ ਦੌਰ ਦੇ ਵਿੱਚ ਇਸ ਕਿਸਮ ਦੀ ਬਾਤ ਪਈ ਗੱਲ ਇਹ ਐ ਇਹਦੇ ਵੀ ਐਥਿਕਸ ਲੈਵਲ ਤੇ ਬੰਦੇ ਨੂੰ ਕੁਝ ਐਥਿਕਸ ਫਾਲੋ ਕਰਨੇ ਪੈਂਦੇ ਨੇ ਤੇ ਜੇ ਬੰਦਾ ਹੋਰ ਐਥਿਕਲੀ ਆਪਣੇ ਆਪ ਨੂੰ ਸਾਊਂਡ ਕਰ ਲਵੇ ਤੇ ਅੱਜ ਦੇ ਇਸ ਦੌਰ ਦੇ ਵਿੱਚ ਵੀ ਲੌਂਗ ਰਨ ਦੇ ਵਿੱਚ ਉਹੀ ਸਰਵਾਈਵ ਕਰਦਾ ਉਹੀ ਰਹਿਦਾ ਆ ਉਹਦੇ ਤੇ ਵਿਸ਼ਵਾਸ ਬੱਜਦਾ ਲੋਕਾਂ ਦਾ ਬਚਨ ਆਇਆ ਮੰਨਦੇ ਹੋ ਸਤਜੁਗ ਸੱਚ ਕਹੈ ਸਭ ਕੋਈ ਕਰ ਕਰ ਭਗਤ ਗੁਰਮੁਖ ਹੋਈ ਕਰ ਕਰ ਦੇ ਵਿੱਚ ਭਗਤੀ ਹੁੰਦੀ ਹੈ ਗੁਰੂਵਲ ਮੂੰਹ ਕਰਕੇ ਲੋਕੀ ਭਗਤੀ ਭਾਵ ਵਿੱਚ ਉਕਰ ਜਾਂਦੇ ਸਤਜੁਗ ਧਰਮ ਪੈਰ ਹੈ ਚਾਰ ਕਹਿੰਦੇ ਸਤਜੁਗ ਵਿੱਚ ਨਾ ਧਰਮ ਦੇ ਚਾਰੇ ਪੈਰ ਸਾਲਮ ਧਰਮ ਸੀਗਾ ਪੂਰੀ ਤਰ੍ਹਾਂ ਧਰਮ ਟੁੱਟਦਾ ਨਹੀਂ ਸੀ ਕਿਸੇ ਕਿਸੇ ਰੂਪ ਦੇ ਵਿੱਚ ਵੀ ਗੁਰਮੁਖ ਬੁੱਝੇ ਕੋ ਵਿਚਾਰ ਪਰ ਇਸ ਗੱਲ ਨੂੰ ਕੋਈ ਵਿਰਲਾ ਹੀ ਬੁੱਝੇ ਕਿ ਮਹਿਮਾ ਤੇ ਨਾਮ ਦੀ ਹੈ ਸਾਰੀ ਉਹ ਕਿਸੇ ਦੌਰ ਵਿੱਚ ਵੀ ਹੋ ਸਕਦਾ ਹੈ ਵਜ ਵੀ ਹੋ ਸਕਦਾ ਅੱਜ ਵੀ ਸਤਜੁਗ ਨੂੰ ਮਾਣਿਆ ਜਾ ਸਕਦਾ ਜੇ ਪੂਰੇ ਧਰਮ ਨੂੰ ਮੰਨੋਗੇ ਤਾਂ ਅਗਲੇਰਾ ਬਚਨ ਹੈ ਤ੍ਰੇਤ ਇਕ ਕਲਕੀਨੀ ਦੂਰ ਕਹਿੰਦੇ ਤ੍ਰੇਤਾ ਉਦੋਂ ਆਇਆ ਜਦੋਂ ਧਰਮ ਦੀ ਇੱਕ ਕਲਾ ਮਰ ਗਈ ਇੱਕ ਚੀਜ਼ ਧਰਮ ਵਿੱਚੋਂ ਖਤਮ ਹੋ ਗਈ ਮਤਲਬ ਨਾ ਤੇ ਕੋਈ ਇੱਕਦਮ ਚੀਜ਼ ਬਣਦੀ ਹੈ ਨਾ ਕੋਈ ਇੱਕਦਮ ਚੀਜ਼ ਟੁੱਟਦੀ ਹੈ ਟੁੱਟਦੇ ਆ ਬਣਦੇ ਆ ਟੁੱਟਦੇ ਆ ਜਲਦੀ ਟੁੱਟ ਜਾਂਦੀ ਕੋਈ ਸ਼ੱਕ ਨਹੀਂਗਾ ਪਰ ਉਹਦੇ ਲਈ ਵੀ ਇੱਕ ਦੌਰ ਲੱਗਦਾ ਆ ਜੇ ਅਸੀਂ ਸਮਾਜਾਂ ਦੀ ਗੱਲ ਕਰੀਏ ਤੇ ਆਪ ਦੇਖੀਏ ਆਪ ਚਾਤ ਮਾਰ ਕੇ ਦੇਖੋਗੇ ਕਿਸੇ ਲੈਵਲ ਦਾ ਅੱਜ ਡੈਮੋਕ੍ਰੇਸੀ ਨੂੰ ਲੋਕ ਇੱਕ ਬਹੁਤ ਵੱਡਾ ਵਰ ਮੰਨਦੇ ਸੀ ਕਿ ਪਿਛਲੇ 100 ਸਾਲਾਂ ਦੇ ਵਿੱਚ ਵੀ ਇੱਕ ਵਾਰ ਆ ਗਿਆ ਮਨੁੱਖੀ ਦੁਨੀਆ ਦੇ ਵਿੱਚ ਪਰ ਜਿਹੜੇ ਮਨੁੱਖ ਦੇ ਸਵਾਰਥੀ ਹੋਣ ਦਾ ਰੁਚੀ ਹੈ ਤੇ ਦੂਸਰੇ ਨੂੰ ਨਫ਼ਰਤ ਇਰਖਾ ਦੁਆਖ ਦੇ ਅੰਦਰ ਰੱਖ ਕੇ ਉਹਦਾ ਨੁਕਸਾਨ ਕਰਨ ਦੀ ਫਿਤਰਤ ਆ ਉਹ ਨਾਲ-ਨਾਲ ਕੈਰੀ ਕਰੀ ਗਿਆ ਤੇ ਉਹਦੇ ਨਾਲ ਅੱਜ ਡੈਮੋਕ੍ਰੇਸੀ ਦੀ ਵੀ ਹਾਲਤ ਵੇਖ ਲਓ ਵਰਲਡਵਾਈਡ ਤੁਸੀਂ ਸੋਸ਼ਲ ਮੀਡੀਆ ਆਇਆ ਲੋਕਾਂ ਕਿਆ ਲੋਜੀ ਗੱਲ ਹੀ ਬਣ ਗਈ ਹੁਣ ਤੇ ਆਜ਼ਾਦੀ ਬਣ ਗਈ ਪੂਰੀ ਆਜ਼ਾਦੀ ਮਤਲਬ ਕਿ ਤੁਹਾਨੂੰ ਕਿਸੇ ਵੱਡੇ ਮੀਡੀਆ ਆਊਟਲੈਟ ਤੇ ਡਿਪੈਂਡੈਂਟ ਹੋਣ ਦੀ ਲੋੜ ਨਹੀਂ ਕੁਝ ਨਹੀਂ ਹੁਣ ਤੇ ਮਤਲਬ ਹਰ ਇੱਕ ਦੇ ਹੱਥ ਦੇ ਚ ਤਾਕਤ ਆ ਗਈ ਹਾਲਤ ਕੀ ਬਣੀ ਜਿੰਨਾ ਅੱਜ ਸੋਸ਼ਲ ਮੀਡੀਆ ਦਾ ਮਤਲਬ ਨੁਕਸਾਨ ਜਾਂ ਉਹਦੇ ਜ਼ਰੀਏ ਨੁਕਸਾਨ ਬੰਦਾ ਇੱਕ ਦੂਜੇ ਦਾ ਕਰ ਰਿਹਾ ਇਤਨਾ ਤੇ ਕਦੀ ਵੀ ਨਹੀਂ ਹੋ ਸਕਦਾ ਸੋ ਇਹ ਸਭ ਚੀਜ਼ਾਂ ਜਿਹੜੀਆਂ ਨੇ ਹੈ कि जे मनुख मनुख ਕਰਕੇ ਨਹੀਂ ਸੁਧਰੇਗਾ ਤੇ ਉਹ ਕਿਸੇ ਦੌਰ ਵਿੱਚ ਵੀ ਹੋਏ ਉਹ ਆਪਣਾ ਵੀ ਨੁਕਸਾਨ ਕਰੇਗਾ ਦੂਜੇ ਦਾ ਵੀ ਕਰੇਗਾ ਇੱਕ ਕਲਾ ਇੱਕਦਮ ਚੀਜ਼ਾਂ ਨਹੀਂ ਟੁੱਟਦੀਆਂ ਥੋੜੀਆਂ ਥੋੜੀਆਂ ਕਰਕੇ ਟੁੱਟਦੀਆਂ ਜਿੱਥੇ ਜਿੱਦਾ ਰੋਲ ਬਣਦਾ ਉਹ ਰੋਲ ਨਾ ਪ੍ਰੋਪਰਲੀ ਪਲੇ ਕਰਦਾ ਮਹਾਰਾਜ ਬਿਆਨ ਕਰਦੇ ਤ੍ਰੇਤਾ ਉਦਨ ਵਾਪਰ ਗਿਆ ਤੁਸੀਂ ਸੋਚਦੇ ਹੋਇਆ ਤੁਸੀਂ ਕਹਿੰਦੇ ਹੋ ਤ੍ਰੇਤਾ ਇੱਕ ਕਲਕੀਨੀ ਦੂਰ ਜਦਨ ਇੱਕ ਕਲਾ ਘਟ ਗਈ ਮਨੁੱਖੀ ਸੋਚ ਦੇ ਮਹਾਜ ਨੂੰ ਸਿਰਜਣ ਵਾਲੇ ਧਰਮ ਦੀ ਪਾਖੰਡ ਵਰਤਿਆ ਹਰ ਜਾਣਨ ਦੂਰ ਪਾਖੰਡ ਹਿਪੋਕ੍ਰੇਸੀ ਮਤਲਬ ਇਹ ਕਿ ਜਿਵੇਂ ਆਪਾਂ ਹੁਣ ਇਲੈਕਸ਼ਨ ਦੇ ਦੌਰ ਚੋਂ ਜਾ ਰਹੇ ਹੈਗੇ ਆ ਮਾਫੀ ਜਾਗਾ ਮੈਂ ਤੇ ਕੋਈ politcal views ਕਿਸ ਰੂਪ ਵਿੱਚ ਨਾ ਦੇਣੇ ਚਾਹੀਦੇ ਨਾ ਮੈਨੂੰ ਪਤਾ ਹੀ ਹੈ ਪਰ ਮੈਂ ਕਈ ਵਾਰੀ ਸੋਚਦਾ ਹਾਂ ਜਿਵੇਂ ਅੱਜ ਲਿਬਰਲਿਜ਼ਮ ਦੀ ਬੜੀ ਗੱਲ ਹੁੰਦੀ ਹੈ 4 ਸਾਲ ਪਹਿਲਾਂ ਲਿਬਰਲ ਜ਼ਮਾਤ تھی ਹੋਂਦ ਵਿੱਚ ਸੀਗੀ ਤੇ ਹੁਣ ਮੈਨੂੰ ਕੋਈ ਬੜਾ ਹਾਸਾ ਆਉਂਦਾ ਹੈ ਕਿ ਅਸੀਂ ਨਾ ਜੀ ਇੰਨਾ ਜ਼ਿਆਦਾ ਸ਼ਰਮਾਇਆ ਸਕੂਲਾਂ ਤੇ ਲਾ ਦੇਾਂਗੇ ਮਾਈ ਗੁੱਡਨੈਸ ਆਈ ਸਟਿਲ ਨੌਇਸਲੀ ਦੈਟ ਦੈਟ ਟਾਈਮ ਮੈਗੈਂਟੀ ਦਾ ਦੌਰ ਲਾ ਲਓ ਤੁਸੀਂ ਜਾਂ ਤੁਸੀਂ ਕੈਥਲਿਨ ਵੇਨ ਦਾ ਦੌਰ ਲਾ ਲਓ ਜਿਹੜੀ ਹਾਲਤ ਸਕੂਲਾਂ ਦੀ ਉਹਨਾਂ ਨੇ ਕੀਤੀ ਦਵਾਈ ਰੱਬ ਦੀ ਤੇ ਅੱਜ ਜਿਹੜੀ ਆ ਜਿਸ ਹਾਲਤ ਦਾ ਸਕੂਲ ਨੇ ਲੈ ਕੇ ਆਏ ਨੇ ਅਜੀਬ ਹਿਪੋਕ੍ਰੇਸੀ ਤੇ ਪਖੰਡ ਮਤਲਬ ਲੋਕ ਇਜੀਡੀ ਚੀਜ਼ ਆ ਬੰਦੇ ਤੋਂ ਵਿਸ਼ਵਾਸ ਉੱਠ ਜਾਂਦਾ ਇਹ ਤੇ ਇੱਕ ਮੰਦਾ ਜਿਵੇਂ ਜਿਵੇਂ ਵਰਤ ਵਰਤਾਓ ਵਿੱਚ ਆਉਂਦਾ ਤੇ ਵਰਤਨ ਵਿਹਾਰ ਦੇ ਪਤਾ ਲੱਗਦਾ ਵੀ ਓ ਮਾਈ ਗੁੱਡਨੈਸ ਆ ਤੇ ਕਹਿ ਕੁਛ ਰਿਹਾ ਕਰ ਕੁਛ ਰਿਹਾ ਇਸੇ ਕਰਕੇ ਲੋਕ ਲੌਂਗ ਰਨ ਵਿੱਚ ਕਹਿੰਦੇ ਵੀ ਇਹ ਇੱਕ ਇਹ ਕਾਦਾ ਮਤਲਬ ਜਿਹੜਾ ਹੈਗਾ ਲਿਬਰਲਿਜ਼ਮ ਹੈਗਾ ਜਿਹਦੇ ਵਿੱਚ ਹਿਪੋਕ੍ਰੀਸੀ ਤੋਂ ਬਿਨਾ ਹੈ ਹੀ ਕੁਛ ਨਹੀਂਗਾ ਇਹ ਹੀ ਵਰਲਡਵਾਈਡ ਅਲਾਮਤ ਆਈ ਸਾਰੀ ਇਸੇ ਕਰਕੇ ਰਾਈਟ ਵਿੰਗ ਜਿਹੜਾ ਜ਼ੋਰ ਪਕੜਦਾ ਗਿਆ ਲੋਕੀ ਉਸ ਇੱਕ ਕਟੜਤਾ ਦੇ ਅੰਦਰ ਤੁਰਦੇ ਲੱਗੇ ਇਹੀ ਕਲ ਜੁਗ ਇਹੀ ਨਰਕ ਵਾਪਰ ਦਾ ਲੋਕਾਂ ਨੂੰ ਦਿਸਦਾ ਨਾ ਪਰ ਬਾਬਾ ਜੀ ਬਿਆਨ ਕਰਦੇ ਇੱਕਦਮ ਨਹੀਂ ਹੁੰਦਾ ਇੱਕ ਇੱਕ ਕਲਾ ਟੁੱਟਦੀ ਹੈ ਜਿਵੇਂ ਆ ਬਾਤ ਕੀਤੀ ਕਿ ਕਦੀ ਕਹਿੰਦੇ ਤ੍ਰੇਤਾ ਇੱਕਲਕਿਨੀ ਦੂਰ ਪਖੰਡ ਵਰਤਿਆ ਹਰ ਜਾਨ ਦੂਰ ਗੁਰਮੁਖ ਬੂਝੈ ਸੋਜੀ ਹੋਈ ਜਿਹਦਾ ਮੂੰਹ ਗੁਰੂ ਵਾਲ ਹੋਏਗਾ ਜਿਹੜਾ ਗੁਰੂ ਆਸ਼ੇ ਮੁਤਾਬਕ ਸੋਚਾਂ ਨੂੰ ਆਪਣੀਆਂ ਨੂੰ ਦਰੁਸਤ ਕਰੇਗਾ ਉਸ ਨੂੰ ਸਮਝ ਆਵੇਗੀ ਅੰਤਰਨਾਮ ਵਸੈ ਸੁਖ ਹੋਈ ਪਾਈ ਐਂਡ ਆਫ ਦਾ ਡੇ ਨਾਮ ਤੇ ਨਾਮ ਦਾ ਮਤਲਬ ਹੈ ਰੱਬ ਦੀ ਹੋਂਦ ਨੂੰ ਮੰਨ ਕੇ ਉਹਦੇ 'ਚ ਵਿਸ਼ਵਾਸ ਕਰਦਿਆ ਹੋਇਆ ਜਵਾਬਦੇਹੀ ਰੱਬ ਦੇ ਪ੍ਰਤੀ ਹੋ ਜਾਣੀ ਕੋਈ ਹੋਰ ਵੇਖੇ ਨਾ ਵੇਖੇ ਵਾਹਿਗੁਰੂ ਵੇਖ ਰਿਹਾ ਹੈ ਮੈਂ ਕੁਝ ਵੀ ਕਰਾਂਗਾ ਮੈਨੂੰ ਜਵਾਬਦੇਹੀ ਮੇਰੇ ਪਰਿਵਾਰ ਕੁਣਬੇ ਸਰਕਾਰ ਗਵਰਨਮੈਂਟ ਜਾਂ ਕੋਈ ਕਿਸੇ ਹੋਰ ਨੂੰ ਹੋਏ ਨਾ ਹੋਏ ਰੱਬ ਨੂੰ ਹੈ ਇਹ ਚੀਜ਼ ਇਸ ਸਤਜੁਗ ਦੀ ਸਥਾਪਤੀ ਵਿੱਚ ਮਦਦਗਾਰ ਹੁੰਦੀ ਹੈ। ਅਗਲਾ ਬਚਨ ਹੈ ਦੁਆਪਰ ਦੂਜਾ ਦੁਬਿਧਾ ਹੋਏ। ਦੁਬਿਧਾ ਇਹ ਮਨ ਦਾ ਸੁਭਾਅ ਆ। ਸਹੀ ਗਲਤ ਦੋਨੋਂ ਸਾਹਮਣੇ ਹੋਣ ਤੇ ਭਲੇਖਾ ਇੱਕ ਵਾਰੀ ਪੈ ਜੇ ਆਹ ਕਰਾਂ ਕਿਆ ਆਹ ਕਰਾਂ ਬਸ ਇਹਦੇ ਵਿੱਚ ਹੀ ਬੰਦਾ ਕਨਫਿਊਜ਼ ਹੋ ਜਾਂਦਾ। ਸਭ ਕਹਿੰਦੇ ਦੁਆਪਰ ਉਦੋਂ ਵਾਪਰੇ ਆ ਜਦੋਂ ਦੁਬਿਧਾ ਦੂਚਿਤੀ ਜਿਹੜੀ ਹੈ ਇਹ ਵੱਧ ਗਈ ਭਰਮ ਭੁਲਾਣੇ ਜਾਣਨ ਦੂਰ। ਅੱਜ ਵੀ ਬੰਦੇ ਨੂੰ ਦੂਚਿਤੀ ਹੈ। ਰੱਬ ਦੀ ਗੱਲ ਹੈ ਨਾਮ ਰੱਬ ਦੀ ਹੋਂਦ ਨੂੰ ਮੰਨਣ ਦੀ ਗੱਲ ਹੈ ਪਰ ਰੱਬ ਹੈ ਵੀ ਹੈ ਕਿ ਨਹੀਂ ਹੈ ਕਿਤੇ ਐਵੇਂ ਨਹੀਂ ਭਲੇਖਾ ਹੀ ਹੋਏ ਇਸ ਚੀਜ਼ ਨਾਲ ਬੰਦਾ ਉਸ ਨੂੰ ਫਿਰ ਦੂਰ ਸਮਝਦਾ ਮਹਾਰਾਜ ਕਹਿੰਦੇ ਪਰਮ ਭੁਲਾਣੇ ਜਾਣ ਹੈ ਦੂਰ ਦੁਆਪਰ ਧਰਮ ਦੋਇ ਪੈਰ ਰਖਾਈ ਦੁਆਪਰ ਉਦੋਂ ਆਇਆ ਜਦੋਂ ਧਰਮ ਦੇ ਸਿਰਫ ਦੋ ਪੈਰ ਹੀ ਰਹਿ ਗਏ ਮਤਲਬ ਉਹ ਅੱਧੇ ਤੋਂ ਵੱਧ ਖਤਮ ਹੋਣ ਵਾਲੇ ਪਾਸੇ ਤੁਰ ਪਿਆ ਗੁਰਮੁਖ ਹੋਵੇ ਤਾਂ ਨਾਮ ਦੇੜਾਏ ਹਾਂ ਜੇ ਕੋਈ ਗੁਰਵਲ ਮੂ ਕਰੇ ਤੇ ਫਿਰ ਨਾਮ ਦੇ ਦ੍ਰਿੜਤਾ ਚ ਲੱਗ ਜਾਏ ਭਾਈ ਉਹਦਾ ਫਿਰ ਵੀ ਕਲਿਆਣ ਹੈ ਮੁਰਾਦ ਇਹ ਹੋਈ ਹੈ ਦੌਰ ਕੋਈ ਵੀ ਹੋਏ ਨਾਮ ਹੀ ਸਾਡਾ ਕਲਿਆਣ ਕਰੇਗਾ ਕਲਯੁਗ ਧਰਮ ਕਲਾ ਇਕ ਰਹਾਏ ਕਲਯੁਗ ਆ ਗਿਆ ਬਸ ਹੁਣ ਤੇ ਬੰਦੇ ਦਾ ਕਲਬੂਤ ਹੀ ਬਚਿਆ ਆ ਬਾਕੀ ਸਭ ਕੁਝ ਖਤਮ ਹੋ ਗਿਆ ਇੱਕੋ ਚੀਜ਼ ਰਹਿ ਗਈ ਹੈ ਮਨੁੱਖ ਦਾ ਸਿਰਫ ਸਰੂਪ ਸਰੂਪ ਬਾਕੀ ਤੇ ਮਨੁੱਖੇ ਚ ਮਨੁੱਖ ਹੈ ਹੀ ਨੀਗਾ। ਕੀਆ ਹੁੜ ਕਿਆ ਗਿਆ ਕਲਯੁਗ ਧਰਮ ਕਲਾ ਇਕ ਰਹਾਏ। ਇਕ ਪੈਰ ਚੱਲੇ ਮਾਇਆ ਮੋਹ ਵਧਾਏ। ਮਾਇਆ ਮੋਹ ਵਧਾਏ। ਸੰਸਾਰਕ ਸਰਮਾਇਦਾਰੀ ਨੂੰ ਹੀ ਬੰਦਾ ਸਭ ਕੁਝ ਮੰਨ ਲਵੇ। ਪੈਸੇ ਹੈ ਤੇ ਬੰਦੇ ਲਈ ਇੱਕ ਇਲਿਊਜ਼ਨ ਹੀ ਹੈ। ਜ਼ਿੰਦਗੀ ਗੁਜਰਾਨ ਹੈ। ਪ੍ਰਚਾਦੇ ਬੰਦੇ ਨੇ ਦੋ ਛਕਣੇ ਨੇ, ਚਾਰ ਗੱਜ ਕਪੜਾ ਪਾਉਣਾ ਹੈ। ਇਹੀ ਕਰਦਿਆਂ ਕਰਦਿਆਂ ਜੀਵਨ ਨੰਗ ਜਾਣਾ ਹੈ। ਐਂਡ ਆਫ ਦਾ ਡੇ ਕੀ ਹੋਣਾ। ਮੰਦਾਈ ਸੋਚਦਾ ਹੰਬਾਰ ਲਾ ਦਿਆ ਮੈਂ ਮੈਂ ਤੇ ਅਕਸਰ ਬਾਤ ਕਰਦਾ ਹੁਣਾਂ ਅੱਜ ਵੀ ਸਾਡੇ ਕੁਝ ਹਿੱਸੇ ਦੇ ਚ ਆ ਜਿਹੜੀ ਹੈ ਪਾਵਰ ਜੇ ਦੁਬਾਰਾ ਸਥਾਪਿਤ ਨਹੀਂ ਹੋਈ ਸਟਿਲ ਐਕਚੁਅਲੀ ਹਾਈਡਰੋ ਵਰਕਰਸ ਆਰ ਸਟਰਗਲਿੰਗ ਟੂ ਅਮ ਯੂ ਕੈਨ ਸੇ ਰੀਗੇਨ ਦਾ ਪਾਵਰ ਇੱਕ ਤੂਫਾਨ ਆਇਆ ਹੁਣ ਇਹ ਕਹਿੰਦੇ ਨੇ ਕਿ ਨਿਊ ਨੋਰਮਲ ਹੈ ਇਹੀ ਗਲੋਬਲ ਵਾਰਮਿੰਗ ਹੈ ਬੰਦਾ ਜ ਵੀ ਨਹੀਂ ਸਮਝ ਰਿਹਾ ਕਾਰਨ ਕੀ ਹੈ ਵਧਿਆ ਹੋਇਆ ਲਾਲਚ ਹਵਸਕ੍ਰਿਅਤ ਮਤਲਬ ਜਦੋਂ ਇੱਥੇ ਕੋਈ ਬੰਦਾ এনवायरमेंट ਬਾਰੇ ਗੱਲ ਕਰਦਾ ਹੈ ਤੇ ਲੋਕ ਕਹਿੰਦੇ এনवायरमेंट ਵਰਸਸ ਬਿਜ਼ਨਸ ਇਸ ਤਰ੍ਹਾਂ ਸੋਚੋ ਭਈ ਜੇ ਇਹ ਸਭ ਕੁਝ ਹੈਬਿਟੈਟ ਹੀ ਖਤਮ ਹੋ ਜਾਏਗਾ ਜ਼ਿੰਦਗੀ ਕਿਵੇਂ ਰਹੇਗੀ ਪਰ ਇਲਿਊਜ਼ਨ ਇਹ ਚ ਆ ਕਿ ਮਾਇਆ ਦੇ ਪਸਾਰੇ ਦੇ ਚ ਬੰਦਾ ਵਧ ਰਿਹਾ ਮਹਾਰਾਜ ਕਹਿੰਦੇ ਇਹ ਅਮੂਰਤਾ ਦੀ ਇੰਤਹਾ ਆ ਬੰਦੇ ਨੇ ਸਭ ਸਿਚੁਏਸ਼ਨ ਨੂੰ ਵੇਖ ਕੇ ਅੱਖਾਂ ਬੰਦ ਕੀਤੀਆਂ ਨੇ ਇਹ ਨਾਮ ਦਾ ਹਲੂਣਾ ਆਉਂਦਾ ਜਦੋਂ ਕੋਈ ਗੁਰੂ ਦੀ ਸਿੱਖਿਆ ਕੁਝ ਇਵਨਾ ਜਿਵੇਂ ਆਪ ਤੂਫਾਨ ਦੀ ਗੱਲ ਕਰ ਰਹੇ ਆ ਇੱਕ ਆਈ ਓਪਨਿੰਗ ਕਿਹਾ ਜਾਏ ਇਹਦੇ ਨਾਲ ਹੀ ਬੰਦੇ ਨੂੰ ਸਮਝ ਆ ਜਾਏ ਜਦੋਂ ਕੋਈ ਵੀ ਚੀਜ਼ ਵਾਪਰਦੀ ਨਾਮ ਇੱਕ ਐਸਾ ਜਾਵੀਆ ਉਹ ਕਹਿੰਦਾ ਤੂੰ ਨਾ ਰੋਣਾ ਪਿਟਣਾ ਬੰਦ ਕਰ ਇਹਦੇ ਵਿੱਚੋਂ ਦੇਖ ਤੈਨੂੰ ਸਿੱਖਿਆ ਕੀ ਮਿਲ ਰਹੀ ਹੈ ਇਹ ਵੀ ਨਾਮ ਦਾ ਜਾਵੀਆ ਹੈ ਮਹਾਰਾਜ ਨੇ ਬਿਆਨ ਕੀਤਾ ਕਿ ਭਲੇ ਬੰਦੇ ਧਿਆਨ ਨਾਲ ਦੇਖ ਕਲਯੁਗ ਧਰਮ ਕਲਾ ਇੱਕ ਰਹਾਇਕ ਪੈਰ ਚੱਲੇ ਮਾਇਆ ਮੋਹ ਵਧਾਏ ਮਾਇਆ ਮੋਹ ਅਤ ਗੁਬਾਰ ਜਦੋਂ ਇਹਦੇ ਚ ਬਹੁਤ ਜ਼ਿਆਦਾ ਬੰਦਾ ਮਤਲਬ ਗਵਾਜ ਹੈ ਤੇ ਗੁਬਾਰ ਜਿਥੇ ਧੂੜ ਦੀ ਹਨੇਰੀ ਵਗਦੀ ਹੈ ਜਿਵੇਂ ਆਪਨੇ ਕਦੀ ਰੇਗਿਸਤਾਨ ਦੇ ਇਲਾਕੇ ਚ ਦੇਖਿਆ ਹੋਏ ਗੁਬਾਰ ਚੜਦਾ ਆ ਉਹਦੇ ਚ ਕੁਝ ਵੀ ਨਹੀਂ ਦਿਸਦਾ ਦਿਸਣਾ ਤੇ ਕੀ ਅੱਖਾਂ ਵੀ ਨਹੀਂ ਖੁੱਲਦੀਆਂ ਬੰਦੇ ਦੀਆਂ ਗੁਬਾਰ ਚੜ ਗਿਆ ਚਾਰ ਚਫਰੇ। ਕਿਆ ਵੀ ਜਾਏ ਵੇਖੋ ਅੱਖਾਂ ਖੋਲ ਕੇ ਵੇਖ ਹੀ ਨਹੀਂ ਸਕਦਾ ਬੰਦਾ ਕਿਉਂਕਿ ਹਨੇਰੀ ਇਤਨੀ ਤੂਫਾਨ ਇਤਨਾ ਚੱਲ ਰਿਹਾ। ਸਾਬ ਕਹਿੰਦੇ ਮਾਇਆ ਮੋਹ ਅਤ ਗੁਬਾਰ ਸਤਗੁਰੂ ਭੇਟੇ ਨਾਮ ਉਧਾਰ। ਕਿਤੇ ਸਤਗੁਰੂ ਨੂੰ ਭੇਟਤ ਹੋਈਏ ਤੇ ਨਾਮ ਦੇ ذریعے ਉਧਾਰ ਹੋ ਸਕਦਾ ਸਾਡਾ। ਨਾਮ ਉਧਾਰ ਦਾ ਮਤਲਬ ਹੀ ਇਹ ਹੈ। ਧਰਮੀ ਵਿਸ਼ਵਾਸਾਂ 'ਚ ਬੰਦਾ ਕਿਤੇ ਚਲਾ ਜਾਏ। ਸਭ ਜੁਗ ਮੈਂ ਸਾਚਾ ਇੱਕੋ ਸੋਈ। ਬਾਕੀ ਕੋਈ ਦੌਰ ਕੋਈ ਸਮਾਂ ਹੋਏ। ਰੱਬ ਨਾਲ ਸਤਜੁਗ ਚ ਦੂਰ ਸੀਗਾ ਨਾ ਤ੍ਰਿਚੇ ਤੇ ਨਾ ਦੁਆਪਰ ਚ ਨਾ ਕਲਯੁਗ ਚ ਮਰ ਗਿਆ ਆ ਉਥੇ ਮੌਜੂਦ ਹੈ ਹਰ ਵਕਤ ਸਭ ਜੁਗ ਮੈਂ ਸਾਚਾ ਇੱਕੋ ਸੋਈ ਸਭ ਮੈਂ ਸੱਚ ਦੂਜਾ ਨਹੀਂ ਕੋਈ ਤੇ ਸਭ ਦੇ ਵਿੱਚ ਉਹ ਸੱਚ ਵਰਤਨ ਵਾਲਾ ਆਪ ਬੈਠਾ ਆ ਹੋਰ ਕੋਈ ਹੈ ਨਹੀਂਗਾ ਸਾਚੀ ਕੀਰਤ ਸੱਚ ਸੁਖ ਹੋਈ ਆਓ ਉਹ ਕੰਮ ਕਰੀਏ ਜਿਸ ਦੇ ਨਾਲ ਸਹੀ ਕੀਰਤ ਹੋ ਸਕੇ ਸਹੀ ਰੂਪ ਦੇ ਚ ਅਸੀਂ ਧਰਤੀ ਦੇ ਆਪਣੀ એનર્ਜੀ ਨੂੰ ਕੰਟ੍ਰਿਬਿਊਟ ਕਰ ਸਕੀਏ ਗੁਰਮੁਖ ਨਾਮ ਬਖਾਣਾ ਕੋਈ ਪਰਿਸ ਵਿਅਕਿਆਨ ਨੂੰ ਇਸ ਸਮਝ ਨੂੰ ਕੋਈ ਗੁਰੂ ਵੱਲ ਮੂੰਹ ਕਰਕੇ ਵਿਰਲਾ ਸਮਝਦਾ ਬਿਲਕੁਲ ਅੰਤਲੇ ਪਦੇ ਤਾ ਜਾਈਏ ਸਭ ਜੁਗ ਮੈਂ ਨਾਮ ਉੱਤਮ ਹੋਈ ਕੋਈ ਦੌਰ ਕੋਈ ਸਮਾ ਹੋਏ ਪਈ ਨਾਮ ਹੀ ਉੱਤਮ ਆ ਇਹੀ ਸਿੱਖਿਆ ਸਭ ਤੋਂ ਸਰਵੋੱਚ ਆ ਗੁਰਮੁਖ ਵਿਰਲਾ ਬੁਝੈ ਕੋਈ ਫਿਰ ਮਹਾਰਾਜ ਨੇ ਤੀਜੀ ਵਰੀ ਦੁਹਰਾ ਕੇ ਕਿਹਾ ਕੋਈ ਵਿਰਲਾ ਬੁਝਦਾ ਇਸ ਗੱਲ ਨੂੰ ਹਰ ਨਾਮ ਤੇ ਆਏ ਭਗਤ ਜਨ ਸੋਈ ਜਿਹੜਾ ਨਾਮ ਨੂੰ ਧਿਆ ਲਿੰਦਾ ਉਹੀ ਭਗਤ ਆ ਉਹ ਭਗਤ ਹੋ ਜਾਂਦਾ ਆ ਨਾਨਕ ਜੁਗ ਜੁਗ ਨਾਮ ਵਡਿਆਈ ਹੋਈ ਏ ਨਾਨਕ ਕਹ ਜੁਗਾ ਜੁਗਾਂਤਰਾ ਤੋਂ ਨਾਮ ਦੀ ਵਡਿਆਈ ਹੈ ਤੇ ਉਹ ਅੱਜ ਵੀ ਸਥਾਪਿਤ ਹੈ ਸਾਬ ਰਹਿਮਤ ਕਰਨ ਇਹਨਾਂ ਆਲਮੀ ਵਾਕਾਂ ਦੀ ਪ੍ਰੀਤੀ ਸਾਡੀ ਸੁਰਤ ਤੇ ਚਾਵੇ ਨਾਮ ਦੀ ਮਹਿਮਾ ਹਰ ਇੰਡੀਵਿਜੂਅਲ ਤੇ ਸਮੁੱਚਾ ਸਮਾਜ ਉਹ ਪ੍ਰਾਪਤ ਕਰ ਸਕੇ ਸਾਡਾ ਧਰਤੀ ਤੇ ਰਹਿਣਾ ਵਾਕਿਆ ਚ ਸਕਾਰਤ ਹੋ ਸਕੇ ਅਸੀਂ ਚੰਗੇ ਕਰਮ ਕਰਨ ਵਾਸਤੇ ਅੰਦਰੋਂ ਪ੍ਰੇਰਣਾ ਲੈ ਕੇ ਉਸ ਨੂੰ ਜਿਹੜਾ ਹੈਗਾ ਅਮਲੀ ਜੂ ਪਿਛਲੇ ਆ ਸਕੀਏ ਇਨੀਆਂ ਕ ਬੇਨਤੀਆਂ ਨਾਲ ਖਿਮਾ ਬੁਲਾਂ ਗਲਤੀਆਂ ਨਾ ਚਤਾਰੇਓ ਇਥੇ ਕਹਿ ਦਿੰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ